हाँ जी दोस्तों, सत श्रीकाल। किवें हो जी सारे? अच्छा, मुद्दे अज कई है एक्चुअली, ते मुद्दे भी सारे बहुत वड्डे वड्डे मुद्दे है। जिवें एक दा मुद्दा जिहड़ा आपां गल करनी, थोनूं मैं कहा सी वी आपां SYL ते गल करांगे। उदों बाद महारानी एलिजाबेथ दा हो गया, उहनां दी डैथ हो गई, उह वी मुद्दा। एक मुद्दा आ नवें नवें जिहड़े चेयरमैन बणे आ उहनां दा मुद्दा। एक मुद्दा जिहड़े आपां भगवंत मान साहब जर्मनी पहुंचे हुए आ, उह वी बहुत वड्डा मुद्दा। मतलब मुद्दे कई है। हुण एलिजाबेथ वाली गल सी वी उह महाराणी कित्थों दी है, इंग्लैंड दी है, यूके दी है, ब्रिटेन दी है, जां कई होर थावां दी वी सीगी। उह इह सारी जानकारी मेरे तां दिमाग तुहानूं पता रहिंदी नहीं गी। आपां इह सारी गल जानकारी आपां भाजी तों लवांगे, पर आपां जिहड़ी गल शुरुआत करांगे उह SYL तों करांगे। मैनूं पता तुसीं वेट कर रहे हो, जिन्ने कि तुहानूं मैं उह चिंगारी ला के छड्डी सी उह पूरी जानकारी नहीं सीगी। ते मैं तुहानूं दस्सिया सी वी मेरे सारा दिमाग 'च रहिंदा नहींगा। आपां सारी जानकारी भाजी तों डिटेल 'च लवांगे। तां मरी आवाज भाजी नूं बुलाइए। भाजी आ जाओ। अरे सत श्रीकाल। सत श्रीकाल जी। कल असीं ठीक कर रहे थोड़ी, थोनू आवाजां भी मारियां, तुसीं कह रहे मैं जा के आउना कम, तुसीं आए नहीं, लंबे टप के लगदे किसे। हाँ, काम चला गया सी जी। ते मैं दर्शकां नूं पहलां तां रोक के रख्या बई आउंदे आ भाजी, आपां डिटेल च गल करदे हां SYL मुद्दे बारे। मोटा मोटा जिहा जिवें तुसीं मैनूं दस्सिया सीगा, मोटी मोटी जी मैं इहनां नूं जानकारी देती सीगी जिन्ने कु मेरे दिमाग च रही। ते हुण आपां उस गल ते दुबारा आउंदे हां, मतलब उहनूं तुसीं दस्सो डिटेल दे विच, उह है की है SYL, है की है ਉਹ ਮੁੱਦਾ, ਕਦੋਂ ਬਣਿਆ। ਹਰ ਸਾਲ ਇਲੈਕਸ਼ਨਾਂ ਦੇ ਵਿੱਚ ਹੀ ਉਹ ਮੁੱਦਾ ਆ ਜਾਂਦਾ ਹੈ, ਉਹਨੂੰ ਦੇਖ ਕੇ ਲੋਕ ਜਿੱਤ ਜਾਂਦੇ ਆ, ਉਹਨੂੰ ਦੇਖ ਕੇ ਲੋਕ ਹਾਰ ਜਾਂਦੇ ਆ, ਤੇ ਗੋਲੀਆਂ ਵੀ ਚੱਲ ਪਈਆਂ, ਡਾਂਗੋ ਡਾਂਗੀ ਵੀ ਹੋ ਗਏ, ਗਾਣੇ ਵੀ ਬਣ ਗਏ। ਤੁਸੀਂ ਮੜਾ ਚਾਨਣਾ ਪਾਓ ਜੇ, ਮਾਰੋ ਬੈਟ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਦੇਖੋ, ਇਹ ਇੱਕ ਇਹੋ ਜਿਹਾ ਮੁੱਦਾ ਹੈ ਜਿਹੜਾ ਬਹੁਤ, ਜਿਹਦੇ ਤੇ ਇਲੈਕਸ਼ਨ ਵੀ ਲੜੇ ਗਏ, ਬਹੁਤ ਕੁਝ ਹੋਇਆ। ਹਾਂ। ਮੁੱਦਾ ਬਹੁਤ ਪੁਰਾਣਾ ਹੈ, ਬਹੁਤ ਲੰਬੇ ਟਾਈਮ ਤੋਂ ਚੱਲ ਰਿਹਾ ਹੈ। ਇਹਦੇ ਕਤਲੋ ਗਾਰਤ ਵੀ ਹੋਈ, ਬਹੁਤ ਕੁਝ ਹੋਇਆ। ਅਗਰ ਹਿਸਟਰੀ ਦੇ ਵਿੱਚ ਗੱਲ ਕੀਤੀ ਜਾਵੇ, ਤਕਰੀਬਨ 1960 ਦੇ ਵਿੱਚ ਇੱਕ, हाँ, वो मैं दसता जी 19 सितंबर 1960 ਦੇ ਵਿੱਚ। हाँ बिल्कुल। सो 19 सितंबर 1960 ਦੇ ਵਿੱਚ ਇੱਕ ਸਮਝੌਤਾ ਹੋਇਆ ਸੀਗਾ। ਉਸ ਸਮਝੌਤਾ ਕਿਉਂ ਹੋਇਆ, ਉਦੋਂ ਪਹਿਲਾਂ ਦੀ ਚੀਜ਼ ਜਾਣੀ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਉਸੇ ਕਰਕੇ ਆਪਣੇ ਕਤਲੋਗਾਰਤ ਬਹੁਤ ਜ਼ਿਆਦਾ ਹੁੰਦੀ। अच्छा, ਉਦੋਂ ਪਹਿਲਾਂ ਵੀ ਕੁਝ ਹੋਇਆ। ਜਿਹੜਾ ਇੰਡੀਆ ਪਾਕਿਸਤਾਨ ਦਾ ਕਸ਼ਮੀਰ ਦਾ ਰੌਲਾ ਹੈ, हाँ जी, हाँ जी, हाँ जी, ਠੀਕ ਹੈ, ਉਹ ਰੌਲੇ ਪਿੱਛੇ ਵੀ ਇਹ ਕੁਝ ਹੀ ਹੈ, ਪਾਣੀ ਹੈ। ਠੀਕ ਹੈ। ਅਸਲ 'ਚ ਦੇਖੋ ਜੀ, ਕਾਰਨ ਕਈ ਹੋ ਸਕਦੇ ਨੇ, ਲੇਕਿਨ ਜਿਹੜਾ ਮੇਨ ਕਾਰਨ ਮੰਨਿਆ ਜਾਂਦਾ ਹੈ ਇੰਡੀਆ ਪਾਕਿਸਤਾਨ ਦੀ ਲੜਾਈ ਦਾ ਕਸ਼ਮੀਰ ਦੇ ਉੱਪਰ, ਉਹ ਵੀ ਪਾਣੀ ਸੀ। ਅੱਛਾ, ਇਹ ਲੜਾਈ ਸ਼ੁਰੂ ਤੋਂ ਪਾਣੀ ਦੀ ਹੋਈ ਹੈ। ਇੱਕ ਦੇਖਿਆ ਜਾਵੇ ਤਾਂ ਇੱਕ ਤਰੀਕੇ ਨਾਲ ਬਹੁਤ ਵੱਡਾ ਜਿਹੜਾ ਮੇਨ ਕਾਰਨ ਜਿਹੜਾ ਹੈ ਉਹ ਪਾਣੀ ਸੀ। ਜਦੋਂ ਇੰਡੀਆ ਪਾਕਿਸਤਾਨ ਅਲੱਗ ਅਲੱਗ ਹੋਇਆ, ਤੇ ਜਿਹੜਾ ਪਾਣੀ ਸੀ ਨਾ, ਹਾਂ ਉਹ ਜੀ, ਨਿਕਲਦਾ ਸੀ ਕਸ਼ਮੀਰ ਏਰੀਏ 'ਚ, ਜਿੰਨੇ ਵੀ ਹਾਂ, ਦਰਿਆ ਹੈ ਉਹ ਦਰਿਆ, ਕਸ਼ਮੀਰ ਏਰੀਏ 'ਚ ਹਾਂ ਜੀ, ਨਿਕਲਦਾ ਹਾਂ ਸੀ। ਜੀ, ਪਾਕਿਸਤਾਨ ਜਿਹੜਾ ਕਸ਼ਮੀਰ ਨੂੰ ਖੋਹਣ ਦੀ ਕੋਸ਼ਿਸ਼ ਕਰਦਾ ਹੈ, ਜਾਂ ਉਹਦੇ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦਾ ਹੈ, ਜਾਂ ਉਹਦੇ ਪਿੱਛੇ ਰੌਲਾ ਪਾਉਂਦਾ ਹੈ, ਉਹ ਐਕਚੁਅਲ ਦੇ ਵਿੱਚ ਪਾਣੀਆਂ ਦਾ ਹੀ ਰੌਲਾ ਸੀ। ਅਬ ਕੁਛ ਕਿਤੇ ਤਾਂ ਉਹਨੇ ਕਰ ਵੀ ਲਿਆ ਕਬਜ਼ਾ। ਹਾਂ, ਜਿਹੜਾ ਉਸ ਏਰੀਆ ਤੇ ਉਹ ਕਬਜ਼ਾ ਕਰ ਲਿਆ, ਉਹ ਰਾਜਾ ਹਰੀ ਸਿੰਘ ਦਾ ਰਿਆਸਤ ਸੀ ਉਹ, ਜਦੋਂ ਆਪਾਂ ਆਜ਼ਾਦ ਹਾਂਜੀ, ਹੋਏ ਹਾਂਜੀ, ਉਹ ਹਾਂਜੀ, ਇੱਕ ਅਲੱਗ ਰਿਆਸਤ ਬਣਾਈ ਗਈ। ਹਾਂਜੀ, ਹਾਂਜੀ, ਹਰੀ ਸਿੰਘ ਜਦੋਂ ਪਾਕਿਸਤਾਨ ਜਾਂ ਉਧਰ ਕਬੂਲੀਆਂ ਨੇ, ਜਾਂ ਉਧਰੋਂ ਜਦੋਂ ਅਟੈਕ ਹੋਇਆ, ਠੀਕ ਹੈ, 1948 ਦੇ ਵਿੱਚ, ਹਾਂਜੀ, ਉਹ ਅਟੈਕ ਦੇ ਵਿੱਚ 1948 ਦੇ ਵਿੱਚ ਜਦੋਂ ਰਾਜਾ ਹਰੀ ਸਿੰਘ ਇੰਡੀਆ ਕੋਲ ਆਏ ਕਿ ਜੀ ਸਾਨੂੰ ਬਚਾਓ, ਸਾਡੇ ਤੇ ਅਟੈਕ ਹੋ ਹੈਲਪ ਰਿਹਾ, ਕਰੋ ਸਾਡੀ। ਸਾਡੀ ਹੈਲਪ ਕਰੋ, ਉਦੋਂ ਇੰਡੀਆ ਨੇ ਇਹ ਗੱਲ ਕਿਹਾ ਸੀਗਾ ਕਿ ਜੀ, ਜਾਂ ਤੁਸੀਂ ਸਾਡੇ ਜੇ ਰਲ ਜਾਓ, ਹਾਂ, ਠੀਕ ਹੈ, ਠੀਕ ਹੈ, ਯੂਨਾਈਟਿਡ ਇੰਡੀਆ ਦਾ ਪਾਰਟ ਬਣ ਜਾਓ। ਠੀਕ ਹੈ। ਹਾਂ, ਉਦੋਂ ਤੋਂ ਪਹਿਲਾਂ ਉਹ ਅੱਡ ਬਿਲਕੁਲ, ਦੇਸ਼ ਹੀ ਬਣ ਗਿਆ। ਯੂਨਾਈਟਿਡ ਇੰਡੀਆ ਦਾ ਪਾਰਟ ਬਣ ਜਾਓ, ਇੰਡੀਆ ਸਟੇਟ ਦਾ ਪਾਰਟ ਬਣ ਜਾਓ, ਠੀਕ ਹੈ। ਜਿਵੇਂ ਯੂਨਾਈਟਿਡ ਸਟੇਟ ਆਫ ਇੰਡੀਆ ਹੈ, ਯੂਨਾਈਟਿਡ ਸਟੇਟਸ ਆਫ ਅਮਰੀਕਾ ਨਾ ਅਮਰੀਕਾ, ਜੀ, ਆਏ ਇੰਡੀਅਨ ਇੱਕ ਸਟੇਟ ਹੈ, ਇੰਡੀਆ ਇੱਕ ਸਟੇਟ ਹੈ, ਠੀਕ ਹੈ। ਠੀਕ ਹੈ, ਉਹ ਇੰਡੀਆ ਦਾ ਮਤਲਬ ਹੀ ਇਹੀ ਹੈ, ਕਿਉਂਕਿ ਇੰਡੀਆ ਦਾ ਨਾਮ ਤਾਂ ਹੀ ਕੀਤਾ ਗਿਆ ਸੀ ਕਿ ਇੱਕ ਸਟੇਟ ਬਣਾ ਦਿੱਤੀ ਗਈ ਸੀ, ਕਿਉਂਕਿ ਜਦੋਂ ਉਸ ਤੋਂ ਪਹਿਲਾਂ ਜਿਹੜਾ ਇੰਡੀਆ ਸੀਗਾ, ਉਹਦੇ ਵਿੱਚ ਭਾਰਤ ਜਿਹੜਾ ਸੀਗਾ ਉਹ ਭਰਤ ਦੇ ਨਾਮ ਤੇ ਰੱਖਿਆ ਗਿਆ ਸੀਗਾ, ਰਾਜਾ ਹਾਂ, ਭਰਤ ਰਾਜਾ ਦੇ, ਮਰਦ, ਹਾਂ, ਠੀਕ ਹੈ, ਲੇਕਿਨ ਉਹਦੇ ਵਿੱਚ ਕਈ ਰਿਆਸਤਾਂ ਸੀ, ਔਰ ਕਈ ਰਿਆਸਤਾਂ ਜਿਹੜੀਆਂ ਭਾਰਤ ਦੇ ਵਿੱਚ ਨਹੀਂ ਸੀ, ਲੇਕਿਨ ਜਦੋਂ ਇੱਕ ਸਟੇਟ ਬਣਾਈ ਗਈ ਆਜ਼ਾਦੀ ਤੋਂ ਬਾਅਦ, ਆਜ਼ਾਦੀ ਦੇ ਟਾਈਮ ਤੇ, ਜਾਂ ਅੰਗਰੇਜ਼ਾਂ ਦੁਆਰਾ ਜਦੋਂ ਸਟੇਟ ਬਣਾਈ ਗਈ, ਤਾਂ ਇੰਡੀਆ ਬਣਾਈ ਗਈ, ਜਿਹਦੇ ਵਿੱਚ ਕਈ ਰਿਆਸਤਾਂ ਮਿਲੀਆਂ। ਠੀਕ ਹੈ। ਉਹਦੇ ਵਿੱਚ ਇੱਕ ਰਿਆਸਤ ਸੀ ਜਿਹੜੀ ਸਿੱਖ ਰਿਆਸਤ ਸੀ, ਹਾਂ, ਠੀਕ ਹੈ, ਜਿਹੜੀ ਲਾਹੌਰ ਤੋਂ ਚੱਲਦੀ ਸੀ ਐਕਚੁਅਲ ਦੇ ਵਿੱਚ, ਅੱਛਾ ਦੇਖਿਆ ਅੱਛਾ ਜਾਵੇ ਤਾਂ ਲਾਹੌਰ ਤੋਂ ਚੱਲਦੇ, ਰਾਜਾ ਮਹਾਰਾਜਾ ਰਾਜਾ ਰਣਜੀਤ ਰਣਜੀਤ ਸਿੰਘ, ਸਿੰਘ ਲਾਹੌਰ ਤੋਂ ਸੀ, ਉਹ ਜਿਹੜੀ ਰਿਆਸਤ ਸੀ ਉਹ ਰਿਆਸਤ ਵੀ ਹੁਣ ਇੰਡੀਆ ਦੇ ਵਿੱਚ ਰਲ ਗਈ, ਹਾਂਜੀ, ਯੂਨਾਈਟਿਡ ਇੰਡੀਆ ਦੇ ਵਿੱਚ ਠੀਕ ਰਲ ਗਈ, ਨਾ ਕਿ ਭਾਰਤ ਦੇ ਵਿੱਚ, ਯੂਨਾਈਟਿਡ ਇੰਡੀਆ ਦੇ ਵਿੱਚ ਰਲ ਗਈ। ਅੱਛਾ, ਹਾਂ, ਐਜ਼ ਪਰ ਕਨਸਟੀਟਿਊਸ਼ਨ ਜੋ ਲਿਖਿਆ ਗਿਆ, ਹਾਂਜੀ, ਠੀਕ ਹੈ, ਠੀਕ ਹੈ। ਹੁਣ ਜਦੋਂ ਉਹ ਹੋਇਆ, ਉਹ ਜਿਹੜੀ ਲੜਾਈ, ਉਦੋਂ ਪਾਕਿਸਤਾਨ ਨੂੰ ਇਹ ਡਰ ਸੀਗਾ ਕਿ ਜਿਹੜਾ ਉਧਰੋਂ ਪਾਣੀ ਆਉਂਦਾ, ਇੱਕ ਤਾਂ ਇਹ ਪਾਣੀ ਰੋਕ ਲੈਣਗੇ ਜਦੋਂ ਸਾਨੂੰ ਲੋੜ ਹੋਊਗੀ, ਸਹੀ ਹੈ,
ਦੂਜਾ ਜਦੋਂ ਜਦੋਂ ਸਾਨੂੰ ਲੋੜ ਨਹੀਂ ਹੋਊਗੀ ਜਾਂ ਜਦੋਂ ਬਾਰਿਸ਼ ਆਣੀ ਹੈ ਪਾਣੀ ਸਾਰਾ ਇੱਧਰ ਭੇਜ ਦਿਆ ਕਰਨਗੇ, ਸਾਡੇ ਫਲੱਡ ਲਿਆ ਦਿਆ हाँ ਕਰਨਗੇ, हाँ हाँ ਠੀਕ ਹੈ, ਸਾਡੇ ਬਾੜ ਆ ਜਾਊਗੀ, ਸਾਨੂੰ ਨੁਕਸਾਨ ਦੇ ਸਕਦਾ, ਇਹ ਸਾਰਾ ਕੁਝ ਹੋਇਆ। ਉਸ ਤੋਂ ਬਾਅਦ 1960 ਦੇ ਵਿੱਚ ਇੰਟਰਨੈਸ਼ਨਲ ਟ੍ਰੀਟੀ ਹੋਈ, ਇੰਡਸ ਵਾਟਰ ਟ੍ਰੀਟੀ, हाँ जी ਤੁਸੀਂ ਮੈਨੂੰ ਲੱਗਦਾ ਦੱਸਿਆ हाँ ये ਤੁਸੀਂ, दस्या जी ਉਹਦੇ ਵਿੱਚ ਕਈ ਮੱਥਾ ਖਪਾਈ ਹੋਈ, ਕਈ ਮੱਥਾ ਪੱਚੀਆਂ ਹੋਈਆਂ ਕਿ ਕੌਣ ਕੀ ਲਊਗਾ, ਕਿਵੇਂ ਲਊਗਾ, ਕਿਵੇਂ ਹੋਊਗਾ, ਸਾਰਾ ਕੁਝ। ਉਹਦੇ ਵਿੱਚੋਂ ਵੈਸਟਰਨ ਤੇ ਈਸਟਰਨ ਦੋ ਸੈਗਮੈਂਟ ਬਣਾ ਦਿੱਤੇ ਗਏ, ਜਿਨ੍ਹਾਂ ਦੇ ਵਿੱਚ ਤਿੰਨ ਤਿੰਨ ਦਰਿਆ ਆ ਗਏ, हाँ जी ਠੀਕ ਹੈ, ਯਾਦ ਹੈ ਤੁਹਾਨੂੰ ਕੀ हाँ ਕੀ जी हाँ ਨਾਮ जी ਹੈ, दसता जी मैं जी ਠੀਕ ਹੈ। हाँ जी ਹੁਣ ਤਿੰਨ ਦਰਿਆ ਤਾਂ ਪਾਕਿਸਤਾਨ ਕੋਲ ਚਲੇ ਗਏ, ਤਿੰਨ ਇੰਡੀਆ ਦੇ ਵੱਲ ਆ ਜਾਣਗੇ, ਕਿਉਂਕਿ ਜਿਹੜੇ ਉਹ ਦਰਿਆ ਸੀ ਉਹ ਡਾਇਰੈਕਟਲੀ ਕਸ਼ਮੀਰ ਤੋਂ ਉਧਰਲੇ ਪਾਸੇ ਜਾ ਰਹੇ ਸੀ ਜ਼ਿਆਦਾ ਦਰਿਆ। ਹਾਂ जी ਉਸ ਟਾਈਮ ਇੰਨੀ ਟੈਕਨੋਲੋਜੀ ਨਹੀਂ ਸੀ, ਅਸੀਂ ਨਵੇਂ ਨਵੇਂ ਆਜ਼ਾਦ ਹੋਏ ਸੀ, ਇੰਨੀ ਟੈਕਨੋਲੋਜੀ ਵੀ ਨਹੀਂ ਸੀਗੀ, ਔਰ ਇੰਨਾ ਕੋਈ ਟਾਈਮ ਇੰਨਾ ਜਲਦੀ ਨਹੀਂ ਹੋ ਸੀ ਕਿ ਫਟਾਫਟ ਉਸ ਦਰਿਆ ਦੇ ਬੰਨ ਪਾਏ ਜਾ ਸਕੇ ਜਾਂ ਬੰਨ ਕੁਦਰਤੀ ਪਾਏ ਜਾਂ ਉਹਨਾਂ ਦਾ ਰਸਤਾ ਚੇਂਜ ਕੀਤਾ ਹਾਂ ਜਾ ਯਾਰ ਸਕੇ, ਜਿਹੜਾ ਕਈ ਇਹਨਾਂ ਦਾ ਹੱਲੇ ਵੀ ਕੁਝ ਨਹੀਂ ਕੀਤਾ ਜਾ ਕੁਦਰਤੀ ਸਕਿਆ, ਸੋਮੇ ਹੈ ਨਾ ਐਕਚੁਅਲੀ। ਹਾਂ ਕੁਦਰਤੀ ਸੋਮੇ ਆ ਬਣਿਆ ਹੋਇਆ ਸੀਗਾ, ਉਦੋਂ ਉਹ ਤਿੰਨ ਉਹਨਾਂ ਨੂੰ ਦਿੱਤਾ, ਲੇਕਿਨ ਇੰਡੀਆ ਨੇ ਕਿਹਾ ਕਿ ਜੀ ਉਧਰ ਪਾਣੀ ਜ਼ਿਆਦਾ ਹੈ, ਜਿਹੜੇ ਉਹ ਤਿੰਨ ਦਰਿਆ ਉਧਰ ਜਾਣਗੇ, ਜਿਹੜੇ ਉਹਨਾਂ ਨੂੰ ਪਾਣੀ ਦੀ ਮਲਕੀਅਤ, ਦਰਿਆ ਦੀ ਮਲਕੀਅਤ ਨਹੀਂ, ਪਾਣੀ ਪਾਣੀਆਂ ਦੀ ਦੀ ਮਲਕੀਅਤ ਦਿੱਤੀ ਗਈ, ਹਾਂ ਚਲਦੇ ਠੀਕ ਪਾਣੀ ਦੀ ਮਲਕੀਅਤ ਦਿੱਤੀ ਗਈ ਠੀਕ ਹੈ ਪਾਕਿਸਤਾਨ ਨੂੰ, ਉਹਦੇ ਵਿੱਚੋਂ ਪਾਣੀ ਜ਼ਿਆਦਾ ਸੀ। ਫਿਰ ਜਿਹੜੀ ਉਹ ਟ੍ਰੀਟੀ ਉਹਦੇ ਵਿੱਚ ਕਿਹਾ ਗਿਆ ਕਿ ਜੀ ਆਪਾਂ 30 ਤੋਂ ਲੈ ਕੇ 30 ਅਰਾਊਂਡ 30,31 ਹਾਂ 31, ਉਹ ਐਕਚੁਅਲੀ ਉਹਦਾ ਐਗਜ਼ੈਕਟ ਅਮਾਊਂਟ ਐਗਜ਼ੈਕਟ ਸ਼ਾਇਦ 30.7 ਆਇਆ ਕੁਛ, ਚਲੋ ਅੱਛਾ ਅੱਛਾ ਕੈਲਕੂਲੇਟ ਅੱਛਾ ਕੀਤਾ ਗਿਆ ਠੀਕ ਸੀ ਹੈ ਉਹਨੂੰ, 31 MAF। ਹਾਂ 31 MAF ਪਾਣੀ ਜਿਹੜਾ ਹੈ ਉਹ ਆਪਾਂ ਯੂਜ਼ ਕਰ ਸਕਦੇ ਇਰੀਗੇਸ਼ਨ ਜਾਂ ਕੁਝ ਸਪੈਸ਼ਲ ਚੀਜ਼ਾਂ ਵਾਸਤੇ, ਅੱਛਾ ਉਹਦੇ ਠੀਕ ਨਾ ਹੈ, ਨੋਮਸ ਉਸ ਉਹਨਾਂ ਨੇ ਹਾਂ ਰੱਖਤੇ ਹਾਂ ਹੋਣੇ, ਉਸ ਕੰਡੀਸ਼ਨ ਨੋਮ ਰੱਖਤੇ ਵਾਸਤੇ, ਮਤਲਬ ਮੇਨ ਮੇਨ ਆਪਾਂ ਇਰੀਗੇਸ਼ਨ ਦੀ ਗੱਲ ਕਰੀਏ ਜਾਂ ਡੈਮ ਜੇਕਰ ਆਪਾਂ ਕੋਈ ਬਣਾਉਣਾ ਤਾਂ ਉਹਦੇ ਬਣਾ ਸਕਦੇ ਹਾਂ, ਹਾਂਜੀ ਉਹ ਵੀ ਪਾਣੀ ਜਿਹੜਾ ਆਪਾਂ ਜ਼ਿਆਦਾਤਰ ਇਰੀਗੇਸ਼ਨ ਵਾਸਤੇ ਵਰਤਾਂਗੇ। ਠੀਕ ਹੈ, ਕਿਉਂਕਿ ਇਰੀਗੇਸ਼ਨ ਮਤਲਬ ਖੇਤੀਬਾੜੀ ਵਾਸਤੇ, ਭਾਰਤ ਪੀਣ ਵਾਸਤੇ, ਖੇਤੀਬਾੜੀ ਖੇਤੀ ਵਾਸਤੇ, ਪ੍ਰਧਾਨ ਦੇਸ਼ ਹੈ। ਹਾਂ ਪੀਣ ਵਾਸਤੇ ਖੇਤੀਬਾੜੀ ਵਾਸਤੇ, ਕਿਉਂਕਿ ਉਸ ਟਾਈਮ ਸਾਰੇ ਖੇਤੀ ਪ੍ਰਧਾਨ, ਆਪਾਂ ਜ਼ਿਆਦਾਤਰ ਖੇਤੀ ਅੱਛਾ ਪ੍ਰਧਾਨ ਦੇਸ਼ ਹੁੰਦੇ, ਉਹ ਟਾਈਮ ਠੀਕ ਹੈ, ਹੋਰ ਸੀਗੇ, ਅੱਜ ਤੋਂ 1947 ਦੀਆਂ ਗੱਲਾਂ ਹੋ ਜਾਂਦੀਆਂ ਨੇ, ਉਦੋਂ ਇੰਡਸਟਰੀ ਵੀ ਘੱਟ ਹੁੰਦੀ ਸੀ, ਲੇਕਿਨ ਘੱਟ ਹੁੰਦੀ ਸੀ, ਹੁਣ ਤਾਂ ਇੰਡਸਟਰੀ ਬਹੁਤ ਜ਼ਿਆਦਾ ਇੰਡਸਟਰੀ ਵੱਧ ਬਹੁਤ ਗਈ ਹੈ, ਜ਼ਿਆਦਾ ਤੇ ਉਦੋਂ ਪੋਪੂਲੇਸ਼ਨ ਵੀ ਘੱਟ ਹੁੰਦੀ ਸੀ, ਬਹੁਤ ਬੜੀਆਂ ਚੀਜ਼ਾਂ ਅਲੱਗ ਸੀਗੀਆਂ, ਹਾਂਜੀ ਇੰਨੀ ਟੈਕਨੋਲੋਜੀ ਵੀ ਵਾਸਤ ਨਹੀਂ ਸੀ, ਟੈਕਨੀਕਲ ਬਿਲਕੁਲ ਚੀਜ਼ਾਂ ਬਿਲਕੁਲ ਨਹੀਂ ਹੁਣ ਹੁੰਦੀਆਂ ਤਾਂ ਸੀਗੀਆਂ। ਸੋ ਉਦੋਂ ਜਦੋਂ ਹੋਇਆ ਉਦੋਂ ਜਿਹੜਾ ਉਹ 31 MAF ਇੰਡੀਆ ਨੂੰ ਦਿੱਤਾ ਗਿਆ, ਉਹ 31 MAF ਦੇ ਵਿੱਚੋਂ ਆਪਾਂ ਹਾਲੇ ਤੱਕ ਜਿਹੜਾ ਉਹ ਸਿਰਫ 7.5 MAF ਵਰਤ ਗਏ, 7.5 MAF ਹਾਂ ਅਰਾਊਂਡ 7.5 MAF ਤੋਂ ਜ਼ਿਆਦਾ ਆਪਾਂ ਵਰਤਦੇ ਨਹੀਂ, ਬਾਕੀ ਪਾਣੀ ਹਾਲੇ ਵੀ ਪਾਕਿਸਤਾਨ ਵੱਲ ਜਾ ਰਿਹਾ ਔਰ ਪਾਕਿਸਤਾਨ ਤੋਂ ਸਮੁੰਦਰ 'ਚ ਚਲਾ ਜਾਂਦਾ। ਮਤਲਬ ਆਪਣੇ ਭਾਗ ਦਾ ਵੇਸਟ ਹੀ ਆ ਹੋ ਜਦੋਂ ਹਾਂ ਆਪਾਂ ਯੂਜ਼ ਕਰਦੇ ਹੋ, ਔਰ ਮੇਨ ਗੱਲ ਹੈ ਕਿ ਪਾਕਿਸਤਾਨੀ ਉਹਨੂੰ ਪੂਰਾ ਨਹੀਂ ਵਰਤ ਰਿਹਾ, ਇਹ ਨਹੀਂ ਹੈ ਕਿ ਆਪਾਂ ਜਿਹੜਾ ਪਾਣੀ ਜੋ ਛੱਡਤਾ ਜਿਹੜਾ ਤੇਈ ਉਹ ਯੂਜ਼ ਚੌਵੀ ਹੁੰਦਾ ਛੱਡਤਾ ਹਾਂ ਐਕਸਟਰਾ ਹਾਂ ਹਾਂ ਛੱਡਤਾ, ਉਹ ਪਾਕਿਸਤਾਨ ਵੀ ਵਰਤ ਰਿਹਾ, ਪਾਕਿਸਤਾਨ ਵੀ ਸਾਰਾ ਪਾਣੀ ਨਹੀਂ ਵਰਤ ਰਿਹਾ, ਉਹ ਬਹਿੰਦਾ ਜਾ ਰਿਹਾ, ਜਿੰਨਾ ਕੁ ਵਰਤਦੇ ਆ ਉਹ ਉਹਨੂੰ ਵਰਤਿਆ ਨਹੀਂ ਜਿੰਨੀ ਕੁ ਘਟਾ। ਲੋੜ ਆ ਉਹਨਾਂ ਕੁ ਵਰਤ ਲੈਂਦਾ ਬਸ ਬਿਲਕੁਲ, ਹੁਣ ਜਿਹੜਾ ਇਹ ਜਿਹੜਾ ਪਾਣੀ ਹੈ ਨਾ ਜੀ, ਇਹ ਪਾਣੀ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ ਇਹਨਾਂ ਸਾਰਿਆਂ ਨੂੰ ਨਵਾ ਸਕਦਾ, ਬਿਲਕੁਲ, ਜਦੋਂ ਆਪਾਂ ਪਾਣੀ ਇੰਨਾ ਜ਼ਿਆਦਾ ਹੈ। 7.5 ਤੋਂ ਯੂਜ਼ ਕਰ ਰਹੇ ਹਾਂ ਜੀ, ਹਾਂ ਸੋ 23 24, 24 23.5 ਅਗਰ ਦੇਖਿਆ ਜਾਵੇ 23.5 ਬਚਿਆ। ਹੁਣ ਇੰਡੀਆ, ਹੁਣ ਪੰਜਾਬ ਤੇ ਹਰਿਆਣਾ ਦੇ ਵਿੱਚ ਜਿਹੜਾ SYL ਬਣਿਆ ਸੀ, ਉਹਦੇ ਵਿੱਚੋਂ ਪੰਜਾਬ ਨੇ ਕਿਹਾ ਸੀ ਜਦੋਂ ਹੋਇਆ ਸੀਗਾ ਉਹਦੇ ਵਿੱਚ ਕਿਹਾ ਗਿਆ ਸੀ 4.8 MAF ਹਾਂਜੀ ਜਿਹੜਾ ਹੈ ਉਹ ਪੰਜਾਬ ਦੇ ਦਰਿਆਵਾਂ ਚੋਂ SYL ਦੇ ਥਰੂ ਹਰਿਆਣਾ ਜਾਊ, ਮਤਲਬ ਮੇਰੀ ਜਾਣਕਾਰੀ ਸਹੀ ਸੀ, ਮਤਲਬ ਮੈਂ ਜ਼ਿੰਦਗੀ ਦਿੱਤੀ ਸੀ ਕੁਝ ਗਲਤ ਤਾਂ ਨਹੀਂ 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 ਸੀ। ਹੁਣ ਲੜਾਈ ਕਾਹਦੀ, ਉਹ 4.8 MAF ਦੀ ਹੈ ਹਾਂ ਆਪਣੀ ਪੰਜਾਬ ਤੇ ਹਰਿਆਣਾ ਦੀ ਲੜਾਈ ਹੋ ਪੰਜਾਬ ਰਹੀ ਦੇ ਹੈ, ਹਰਿਆਣੇ ਦੀ ਹਾਂ ਜੀ ਜੇ ਆਪਾਂ ਉਹ 23 MAF ਜਿਹੜਾ ਪਾਕਿਸਤਾਨ ਵੱਲ ਜਾ ਰਿਹਾ ਹੈ, ਠੀਕ ਹੈ, ਜੇ ਆਪਾਂ ਉਹ ਅਗਰ ਯੂਟੀਲਾਈਜ਼ ਕਰ ਲਈਏ, ਉਹਨੂੰ ਅਗਰ ਸਟੋਰ ਕਰ ਲਿਆ ਕਰੀਏ ਜਾਂ ਉਹਦਾ ਇੱਕ ਸਿਸਟਮ ਬਣਾ ਲਈਏ ਤਾਂ ਕਿ ਇੱਧਰ ਉਹ ਪਾਣੀ ਆ ਉਹ ਆਪਾਂ ਜਾਏ, ਲੈਣਾ ਸ਼ੁਰੂ ਕਰ ਦਈਏ ਉਹ ਜਦੋਂ ਆਪਾਂ ਵਰਤਣਾ ਸ਼ੁਰੂ ਕਰ ਦਈਏ ਉਹ ਪਾਣੀ, ਤਾਂ 4.8 MAF ਤਾਂ ਕੁਛ ਆਪਾਂ ਵੀ ਬੜੇ ਨਹੀਂ ਆਰਾਮ ਨਾਲ ਹੀ ਦੇ ਸਕਦੇ ਹਾਂ। ਨਾਲੇ ਮੇਨ ਗੱਲ ਇਹ ਹੈ ਕਿ ਆਪਣੀ ਪਾਕਿਸਤਾਨ ਕੋਈ ਆਪਣੇ ਨਾਲ ਕੋਈ ਵਧੀਆ ਵਧੀਆ ਤਰੀਕੇ ਨਾਲ ਨਹੀਂ ਰਹਿੰਦਾ, ਪਤਾ ਹੀ ਪਾਕਿਸਤਾਨ ਸ਼ੁਰੂ ਤਾਂ ਤੋਂ ਆਪਾਂ ਹੀ ਦੁਖੀ ਕਰਦਾ, ਉਹਦਾ ਇੱਟ ਇੱਟ ਕੁੱਤੇ ਦਾ ਵੈਰ ਆ, ਹਮੇਸ਼ਾ ਹੀ ਦੁਖੀ ਕਰਦਾ ਆਇਆ ਔਰ ਹਲੇ ਵੀ ਦੁਖੀ ਕਰਦਾ ਹੈ। ਹਾਂ ਉਹ ਸਾਰਾ ਉਹਨੂੰ ਦੇ ਕੇ ਪਾਣੀ, ਉਹਨੂੰ ਪਾਣੀ ਦੇ ਦਿੰਦੇ ਆ ਆਪਾਂ, ਉਧਰ ਛੱਡੀ ਜਾਂਦੀ ਹੈ ਕਿ ਦਿੰਦੇ ਛੱਡੀ ਜਾਂਦੇ ਆ, ਉਹਨੂੰ ਕੰਟਰੋਲ ਨਹੀਂ ਕਰਦੇ ਤੇ ਇੱਧਰ ਆਪਦੇ ਨਾਲ ਲੜੀ ਜਾਂਦੇ, ਉਹ ਘਰ ਦਾ ਵਿਗੜਿਆ ਪੁੱਤਾ ਨਾ, ਉਹ ਬਸ ਉਹਨੇ ਪੁੱਠੀ ਗੱਲ ਕਰਨੀ। ਹਾਂ ਸੋ ਇੱਕ ਚੀਜ਼ ਆ ਹੈ, ਉਸ ਤੋਂ ਇੱਕ ਤਾਂ ਹੱਲ ਆ ਹੈ ਕਿ ਇਹਨੂੰ ਕੀਤਾ ਜਾਵੇ, ਇਹਦਾ ਹੱਲ ਕੀ ਹੈ ਜੀ, ਇਹਦੇ ਉੱਤੇ ਡੈਮ ਬਣਾਏ ਜਾਣ, ਇਹਦੇ ਉੱਤੇ ਰੈਜ਼ਰਵਾਇਰ ਬਣਾਏ ਜਾਣ, ਜਿਹੜਾ ਕਿ ਹਿਮਾਚਲ 'ਚ ਬਣ ਸਕਦੇ ਨੇ, ਕਿਸੇ ਪਾਰ ਦੇ ਵਿੱਚ, ਸ਼ਾਇਦ ਪੰਜਾਬ 'ਚ ਵੀ ਬਣ ਹਾਂ ਸਕਦੇ ਨੇ, ਜਿਵੇਂ ਮੈਂ ਪਹਿਲਾਂ ਨੰਗਲ ਡੈਮ ਬਣਿਆ ਜਾਂ ਦੂਜੇ ਡੈਮਸ ਬਣੇ ਬਿਲਕੁਲ, ਹੈਗੇ ਹਾਂ ਆ ਹੁਣ, ਇਸੇ ਤਰ੍ਹਾਂ ਦੇ ਡੈਮਸ ਬਣਾਏ ਜਾਣ ਜਾਂ ਰੈਜ਼ਰਵਾਇਰ ਬਣਾਏ ਜਾਣ ਜਾਂ ਇਸ ਤਰ੍ਹਾਂ ਝੀਲ ਬਣਾਈ ਜਾਵੇ ਜਿੱਥੇ ਪਾਣੀ ਇਕੱਠਾ ਸਟੋਰ ਕਰ ਕੀਤਾ ਲਿਆ। ਜਾਵੇ। ਹਾਂ ਜਿੰਨਾ ਕਿ
ਜਾਂ ਫਾਲਤੂ ਭੇਜ ਦਿਆ ਤੇ ਕਰੇ, ਜਿਹੜਾ ਕੋਈ ਉਲੰਘਣਾ ਕਰਦਾ ਹਾਂ ਉਸਤੋਂ। ਅਲੱਗ, ਜਾਂ ਫਾਲਤੂ ਭੇਜ ਦਿਆ ਕਰੇ ਕਿ ਉਹਨਾਂ ਨੂੰ ਡਬੋਣ ਵਾਸਤੇ, ਜਿਵੇਂ ਹੁਣ ਐਕਚੁਲੀ ਰੌਲਾ ਪਿਆ ਕਿ ਜੀ ਇੰਡੀਆ ਨੇ ਇੰਨਾ ਪਾਣੀ, ਇੰਨਾ ਇੰਨਾ ਪਾਣੀ ਛੱਡਿਆ, ਉਧਰੋਂ ਤਾਂ ਉਧਰ ਮੀਂਹ ਜ਼ਿਆਦਾ ਪਈ ਜਾਂਦੇ ਸੀ ਪਾਕਿਸਤਾਨ 'ਚ, ਹਾਂ ਉਧਰੋਂ ਇਹਨਾਂ ਨੇ ਪਾਣੀ ਛੱਡਤਾ ਜ਼ਿਆਦਾ, ਠੀਕ ਅੱਛਾ ਹੈ, ਤੇ ਉਹ ਜਿਹੜੀ ਫਲੱਡ ਆਈ ਹੈ ਉਹ ਫਲੱਡ ਨੂੰ ਹੋਰ ਖਰਾਬ, ਹੋਰ ਵਧਾਤਾ ਇੰਡੀਆ ਨੇ, ਇਹ ਵੀ ਰੌਲਾ ਚੱਲਦਾ, ਇਹ ਅੱਛਾ ਵੀ ਅੱਛਾ ਰੌਲਾ ਪੈ ਅੱਛਾ ਰਿਹਾ, ਠੀਕ ਹੈ। ਜਿਹੜੀ ਪਾਕਿਸਤਾਨ ਦੇ ਵਿੱਚ ਫਲੱਡ ਆਈ ਹੈ ਨਾ, ਉਹਦੇ ਵਿੱਚ ਕੁਛ ਕੁਛ ਹਿੱਸਾ ਇੰਡੀਆ ਦੇ ਮੜਿਆ ਜਾ ਉਹ ਰਿਹਾ। ਜਦੋਂ ਉਹਨਾਂ ਨੂੰ ਕੋਈ ਹੋਰ ਨਹੀਂ ਬਣਨਾ ਲੱਭਦਾ, ਉਹ ਕਹਿੰਦੇ ਵੀ ਇੰਡੀਆ ਨੇ ਆਹ ਕਰਤਾ। ਦੇਖੋ ਇੰਡੀਆ ਨੇ ਕਰ ਵੀ ਦਿੱਤਾ, ਤੇ ਇਹ ਦੇਖਿਆ ਜਾਵੇ ਤਾਂ ਕਿਉਂਕਿ ਜਿਹੜੇ ਇੰਡੀਆ ਨੇ ਪਾਣੀ ਤਾਂ ਛੱਡਿਆ ਹੀ ਹੈ ਨਾ ਜੀ, ਜਦੋਂ ਇੰਡੀਆ ਕੋਲ ਫਾਲਤੂ ਸੀ ਪਾਣੀ, ਪਾਣੀ ਇੰਡੀਆ ਨੇ ਛੱਡਿਆ ਇਹਨਾਂ ਨੇ ਆਪਦਾ ਆਪਦਾ ਲੈ ਲਿਆ, ਜਿੰਨਾ ਇਹਨੂੰ 7.5 ਜਿੰਨੀ ਕੁ ਜਿੰਨਾ ਕੁ ਲੋੜ ਲੋੜ ਪੈਂਦੀ ਹੈ, ਸੀ, ਜਿੰਨੀ ਹਾਂ ਕੁ ਲੋੜ ਉਹਨਾਂ ਸੀ, ਲੈ ਜਿੰਨੀ ਕੁ ਲੋੜ ਸੀ, ਹਾਂ ਤੇ ਜਿਹੜਾ ਬਾਕੀ ਪਾਣੀ ਹੁਣ ਛੱਡ, ਜਾਂਦਾ ਜਾਣ ਉਹ ਹਾਂ ਹਾਂ ਉਹਨਾਂ ਨੇ ਜਾਣ ਦਿੱਤਾ, ਲੇਕਿਨ ਅਗਰ ਉਹ ਸ਼ਾਇਦ ਸ਼ਾਇਦ ਅਗਰ ਅੱਛੇ ਤਰੀਕੇ ਨਾਲ ਸ਼ਾਇਦ ਕੰਟਰੋਲ ਕਰਦੇ ਤਾਂ ਕਿ ਉਧਰ ਜਿਹੜੀ ਬਾੜ ਆਈ ਉਹ ਥੋੜੀ ਬਹੁਤ ਘੱਟ ਹੁੰਦੀ, ਫਿਰ ਇਧਰ ਆ ਜਾਂਦੀ ਨਹੀਂ, ਨਹੀਂ ਉਹ ਡਿਪੈਂਡ ਕਰ, ਦੇਖੋ ਉਹੀ ਗੱਲ ਹੈ ਨਾ ਕਿ ਜਿਹੜੀ ਉਹ ਮੀਟਿੰਗ ਹੁੰਦੀ ਹੈ ਹਰ ਸਾਲ, ਜਿਹੜੀ ਹੋਣੀ ਚਾਹੀਦੀ ਸੀ। ਨਹੀਂ ਉਹ ਹੁੰਦੀ ਹੈ ਬਸ, ਅੱਛਾ ਹੁੰਦੀ ਹੈ ਇਹ, ਹੁੰਦੀ ਹੈ, ਲੇਕਿਨ ਉਹਦੇ ਉਹ ਮੀਟਿੰਗ ਦੇ ਵਿੱਚ ਕੀ ਡਿਸਕਸ ਹੋਇਆ, ਕੀ ਸਮਝੌਤੇ ਹੋਏ, ਕੀ ਨਹੀਂ ਹੋਏ, ਕੀ ਕੁਛ ਹੋ, ਉਹ ਨਾ ਅਸਲ 'ਚ ਪਬਲਿਕ ਕਰਨੀ ਚਾਹੀਦੀ ਸੀ, ਲੇਕਿਨ ਅੱਜ ਤੱਕ ਕਿਸੇ ਨੇ ਪਬਲਿਕ ਕੀਤੀ ਨਹੀਂ। ਉਹ ਮਤਲਬ ਗੁਪਤ ਜੀ ਮੀਟਿੰਗ ਗੁਪਤ ਰੱਖ ਹੀ ਲੈਂਦੇ ਰੱਖਦੇ ਆ, ਨੇ, ਉਹ ਹਾਂ ਵੀ ਕਰਕੇ ਦੇ ਉਹ ਹਾਂ, ਚਲ ਜਾਂਦੇ ਆ, ਨਾ ਕੋਈ ਬਿਲਕੁਲ ਸ਼ੋ ਆਫ ਨਹੀਂ ਕਰਦੇ ਦਾ, ਉਹ ਦੱਸਦੇ ਨਹੀਂ ਕੀ ਹੋਇਆ ਉਸ ਮੀਟਿੰਗ ਦੇ ਵਿੱਚ, ਕੀ ਰੋਲ ਹੈ, ਕਿਉਂਕਿ ਪਾਕਿਸਤਾਨ ਨੇ ਕਈ ਵਾਰੀ ਕਿਹਾ ਕਿ ਜੀ ਸਾਡੇ ਵੱਲ ਪਾਣੀ ਭੇਜ ਦਿੰਦੇ, ਜਾਣ ਕੇ ਸਾਨੂੰ ਡਬੋਣ ਦੀ ਕੋਸ਼ਿਸ਼ ਕਰਦੇ, ਜਾਂ ਰੋਕ ਲੈਂਦੇ ਨੇ, ਜਾਂ ਇਧਰੋਂ ਐਂ ਕਰ ਦਿੰਦੇ ਨੇ, ਇਧਰੋਂ ਐਂ ਕਰ ਦਿੰਦੇ ਨੇ, ਬੜਾ ਰੋਲਾ ਪਾਕਿਸਤਾਨ ਨੇ ਬੜੀ ਵਾਰੀ ਰੋਲਾ ਪਾਇਆ। ਅੱਛਾ ਬਾਕੀ ਸਾਰੀਆਂ ਮੀਟਿੰਗਸ ਦੇ ਉੱਤੇ ਮੀਡੀਆ, ਸੋਸ਼ਲ ਮੀਡੀਆ ਹਨ ਪਹੁੰਚ ਗਿਆ ਕੋਈ ਨਾ ਕੋਈ ਕੈਮਰਾ ਲੱਗ, ਇਸ ਮੀਟਿੰਗ ਤੇ ਕੋਈ ਨਹੀਂ ਪਹੁੰਚਦਾ। ਦੇਖੋ ਜੀ ਇੰਟਰਨੈਸ਼ਨਲ ਇੰਟਰਨੈਸ਼ਨਲ ਮੀਟਿੰਗਸ ਦੇ ਵਿੱਚ ਇੰਨਾ ਸੌਖਾ ਨਹੀਂ ਹੁੰਦਾ ਪਹੁੰਚਣਾ, ਠੀਕ ਹੈ, ਬਾਕੀ ਕਈ ਚੀਜ਼ਾਂ ਲੁਕੋ ਕੇ ਰੱਖੀਆਂ ਹੁੰਦੀਆਂ, ਇਹਦੀ ਨਾਲ ਆਪਣੀ ਇੰਟਰਨੈਸ਼ਨਲ ਚ ਬਾਹਲੀ ਨਹੀਂ ਹੋਗੀ, ਬਾਕੀ ਇਹਨਾਂ ਤਾਂ ਜਿਹੜੀ ਹੁੰਦੀ ਆ ਉਹਦਾ ਤਾਂ ਸ਼ੋਅ ਆਫ ਹੋ ਕਈ ਜਾਂਦਾ, ਚੀਜ਼ਾਂ ਹੁੰਦੀਆਂ ਨੇ ਜੀ ਇੰਟਰਨੈਸ਼ਨਲ, ਹੋਰ ਵੀ ਬਹੁਤ ਮੀਟਿੰਗ ਇਹ ਹੁੰਦੀਆਂ ਨੇ, ਗੁਪਤ ਮੀਟਿੰਗ ਹੀ ਹੁੰਦੀ ਆ ਸੱਚ, ਹਾਂ ਗੁਪਤ ਮੀਟਿੰਗ ਹੁੰਦੀਆਂ ਨੇ, ਇਹ ਚਾਹਣ ਤਾਂ ਅੱਗੇ ਦੱਸ ਦਿੰਦੇ, ਜੇ ਨਾ ਹਾਂ ਚਾਹਣ ਤਾਂ ਨਹੀਂ ਦੱਸਦੇ। ਅੱਛਾ ਹੁਣ ਇਹ ਚੀਜ਼ ਅਗਰ ਬੈਠ ਕੇ ਅਗਰ ਇੱਥੇ ਰਿਜ਼ਰਵਰ ਬਣਾਇਆ ਜਾਵੇ, ਜਿਸ ਵਿੱਚ ਪਾਣੀ ਇਕੱਠਾ ਕੀਤਾ ਜਾਵੇ, ਝੀਲਾਂ ਬਣਾਈਆਂ ਜਾਣ ਜਿਸ ਵਿੱਚ ਪਾਣੀ ਇਕੱਠਾ ਕੀਤਾ ਜਾਵੇ, ਡੈਮ ਬਣਾਏ ਜਾਣ, ਇੱਕ ਤਾਂ ਡੈਮ ਤੋਂ ਬਿਜਲੀ ਵੀ ਮਿਲੂਗੀ, ਉੱਤੋਂ ਉਹਦੇ 'ਚ ਪਾਣੀ ਵੀ ਇਕੱਠਾ ਹੁੰਦਾ, ਕਿਉਂਕਿ ਅੱਛਾ ਰਿਜ਼ਰਵਰ ਤਾਂ ਡੈਮਸ ਤੇ ਵੀ ਫਿਰ ਖਰਚਾ ਜਿਹੜਾ ਹੈਗਾ ਉਹ ਸਾਰਾ ਬਹੁਤ ਬਿਲਕੁਲ ਹੈ ਨਾ। ਦੇਖੋ ਮੈਂ ਨਾ ਇੱਕ ਗੱਲ ਪਤਾ ਨਹੀਂ, ਮੈਨੂੰ ਨਹੀਂ ਪਤਾ, ਇਹ ਜਵਾਬ ਆਪਾਂ ਨੂੰ ਸਾਰਿਆਂ ਤੋਂ ਪੁੱਛਣਾ ਚਾਹੀਦਾ, ਮੰਗਣਾ ਚਾਹੀਦਾ ਕਿ ਇੱਕਦਮ ਤਾਂ ਡੈਮ ਨਹੀਂ ਬਣ ਸਕਦੇ, ਲੇਕਿਨ ਜਿਹੜਾ ਸਾਰਾ ਵੱਡਾ ਇਹ ਸਵਾਲ ਹੈ ਕਿ SYL ਦਾ ਰੌਲਾ ਪੈਂਦੇ ਹੋਏ ਨੂੰ ਕਈ ਸਾਲ ਹੋ ਗਏ, 1960 ਤੋਂ ਲਮ ਲੋ 40 ਸਾਲ ਹੋ ਗਏ, ਤੇ 22 ਸਾਲ ਹੋ ਗਏ, 62 ਸਾਲ ਹੋ ਗਏ, ਕਿੰਨੇ ਸਾਲ ਹੋ ਗਏ SYL ਦਾ ਰੌਲਾ, ਮੈਂ ਉਹ 160 ਦੇ ਵਿੱਚ ਜਦੋਂ ਉਹ ਸਮਝੌਤਾ ਹੋਇਆ, ਉਸ ਤੋਂ ਬਾਅਦ ਕਿੰਨਾ ਰੌਲਾ ਪੈਂਦੇ ਹੋਏ SYL ਦਾ ਰੌਲਾ ਪੈਂਦੇ ਹੋਏ ਹੋਗੇ, ਹਾਂ ਠੀਕ ਹੈ, ਕਿੰਨੇ ਸਾਲ ਹੋ ਗਏ, ਇੰਦਰਾ ਗਾਂਧੀ ਵੇਲੇ ਦਾ ਟਾਈਮ, ਹਾਂਜੀ ਵੇਲੇ ਦੀ ਗੱਲਾਂ ਨੇ, ਉਹਦਾ ਰੌਲਾ ਪੈਂਦੇ ਹੋਏ ਟਾਈਮ ਇੰਨਾ ਟਾਈਮ ਹੋ ਗਿਆ ਕਿ ਉਦੋਂ ਤੋਂ ਲੈ ਕੇ ਅੱਜ ਤੱਕ ਉਹ ਡੈਮ ਜਾਂ ਰਿਜ਼ਰਵਾਇਰ ਜਾਂ ਉਹ ਝੀਲਾਂ ਜਾਂ ਉਹ ਪਾਣੀ ਇਕੱਠਾ ਕਰਨ ਦਾ ਸਾਧਨ ਕਿਉਂ ਨਹੀਂ ਬਣਾਇਆ ਗਿਆ। ਅੱਜ ਯਕਦਮ ਬਣਾਉਣੇ ਔਖੇ ਹੈ, ਠੀਕ ਹੈ, ਬਿਲਕੁਲ ਟਾਈਮ ਲੱਗਦਾ, ਪੈਸਾ ਲੱਗਦਾ, ਲੇਕਿਨ ਇੰਨੇ ਸਾਲਾਂ 'ਚ ਤਾਂ ਬਹੁਤ ਕੁਝ ਕੀਤਾ ਜਾ ਸਕਦਾ ਸੀ, ਹਾਂਜੀ ਲੋਕ ਮਰਵਾਣੇ, ਲੋਕਾਂ ਦੀ ਲੜਾਈਆਂ ਆਪਸ 'ਚ ਕਰਾਣੀਆਂ, ਦੋ ਸਟੇਟਾਂ ਨੂੰ ਆਪਸ 'ਚ ਲੜਾਉਣਾ, ਦੋ ਭਰਾਵਾਂ ਨੂੰ ਆਪਸ 'ਚ ਲੜਾਉਣਾ, ਭਰਾ ਹੀ ਨੇ, ਜਿਵੇਂ ਹੁਣ ਬਿਲਕੁਲ ਜਦੋਂ ਕਿਸਾਨੀ ਅੰਦੋਲਨ ਵੇਲੇ ਵੀ ਕਿਹਾ ਜਾਂਦਾ ਸੀਗਾ ਕਿ ਪੰਜਾਬ ਵੱਡਾ ਭਰਾ, ਹਰਿਆਣਾ ਛੋਟਾ ਛੋਟਾ ਭਰਾ, ਭਰਾ ਬਿਲਕੁਲ। ਤੇ ਉਹ ਵੱਡੇ ਛੋਟੇ ਭਰਾ ਨੂੰ ਲੜਾਈ ਆ ਰਹੇ ਨੇ ਨਾ। ਅੱਛਾ ਇੱਕ ਤਾਂ ਹੁੰਦਾ ਵੀ ਗੱਲ ਮਤਲਬ ਹੋ ਗਈ, ਕਰ ਗਈ, ਭੁੱਲ ਗਏ, ਹਾਂ ਬਿਲਕੁਲ, ਹਰ ਇਲੈਕਸ਼ਨ ਦੇ ਵਿੱਚ ਇਹ ਮੁੱਦਾ ਉੱਠਣਾ ਹੀ ਉੱਠਣਾ, ਉੱਠਣਾ ਹੀ ਉੱਠਣਾ ਹੈ ਜੇ ਇਹ ਦੋਨੇ ਤਿੰਨੇ ਸਟੇਟਾਂ ਹੀ ਮਿਲਾ ਕੇ ਜੇ ਇਹ ਹੱਲ ਕਰਨੇ ਜਿਹੜੇ ਤੁਸੀਂ ਬਿਲਕੁਲ ਦੱਸ ਰਹੇ ਬਿਲਕੁਲ ਹੋ ਬਿਲਕੁਲ ਬਿਲਕੁਲ, ਤਾਂ ਹੁਣ ਹੋ ਜਾਣਾ ਸੀ, ਹੁਣ ਹੋ ਜਾਣਾ ਸੀ, ਹਰਿਆਣਾ, ਹਿਮਾਚਲ ਨਾਲ ਰਲ ਕੇ, ਹਰਿਆਣੇ ਨਾਲ ਰਲ ਕੇ, ਪੰਜਾਬ, ਤਿੰਨੇ ਸਟੇਟਾਂ ਬੈਠਣ, ਦੇਖੋ ਸੈਂਟਰ ਸਰਕਾਰ ਪੈਸਾ ਲਾਵੇ, ਚਲੋ ਮੈਂ ਹਾਂ ਕਹਿੰਦਾ ਸੈਂਟਰ ਸਰਕਾਰ ਪੈਸਾ ਲਾਵੇ, ਜਾਂ ਚਲੋ ਕੋਈ 50-50 ਦੀ ਪਾਰਟਨਰਸ਼ਿਪ, ਕੋਈ ਵੀਹ ਕੋਈ ਪੱਚੀ ਇੱਦਾਂ, ਦੀ ਪਾਰਟਨਰ, ਹਾਂ 20-75 ਦੀ ਪਾਰਟਨਰ, ਕਿਸੇ ਵੀ ਤਰੀਕੇ ਨਾਲ ਇਹਨੂੰ ਹੱਲ ਕੀਤਾ ਹੱਲ ਜਾਵੇ। ਕੀਤਾ ਜਾਵੇ ਹੁਣ ਕਿ ਮੇਰੇ ਖਿਆਲ ਨਾਲ ਜੋ ਉਹਨੂੰ ਜਿਹੜਾ ਉਹਨੂੰ ਕੇਜਰੀਵਾਲ ਸਾਹਿਬ ਨੇ ਬਿਲਕੁਲ, ਹਾਂ ਜਿਹੜਾ ਕੇਜਰੀਵਾਲ ਸਾਹਿਬ ਨੇ ਜਿਹੜਾ ਪੰਗਾ ਲਿਆ, ਉਹ ਐਕਚੁਅਲੀ ਗੱਲ ਜਿਹੜੀ ਗੱਲ ਕਹੀ ਹੈ ਉਹਦੇ 'ਚ ਇੱਕ ਇੱਕ ਆਪਸ਼ਨ ਇਹ ਹੈ, ਇਹਦੇ ਇਲਾਵਾ, ਇਹਦੇ ਇਲਾਵਾ ਇੱਕ ਆਪਸ਼ਨ ਹੋਰ ਵੀ ਹੈ, ਅੱਛਾ ਹੋਰ ਵੀ ਆਪਸ਼ਨ ਹੋ ਸਕਦੀ ਹੋਰ ਹੈ। ਵੀ ਆਪਸ਼ਨ ਨੇ, ਬਹੁਤ ਸਾਲ ਪਹਿਲਾਂ ਉਹਦੇ ਵਿੱਚ ਕੀ ਸੀ, ਉਸ ਉਹ ਕੀ ਹੈ ਕਿ ਜੀ ਇਹਨਾਂ ਨੇ ਸ਼ੁਰੂਆਤ ਕੀਤੀ, ਜਿਵੇਂ SYL ਹੈ ਨਾ, ਇਹ ਲਿੰਕ ਨਹਿਰ ਹੈ, ਲਿੰਕ ਲਿੰਕ ਹੈ ਨਾ, ਹਾਂ ਹਾਂ ਜੀ, ਨਦੀਆਂ ਨੂੰ ਜੋੜਦਾ ਹੈ, ਉਸ ਟਾਈਮ ਦੇ ਵਿੱਚ ਹੋਰ ਵੀ ਨਦੀਆਂ ਸੀਗੀਆਂ ਜਿਨ੍ਹਾਂ ਨੂੰ ਜੋੜਨ ਦੀ ਗੱਲ ਚੱਲਦੀ ਸੀ, ਅੱਛਾ ਲਿੰਕ ਨਹਿਰਾਂ ਬਣਾਈਆਂ ਜਾਂ ਆਪਸ 'ਚ ਸਾਰੀ ਨਦੀਆਂ ਨੂੰ ਜੋੜ ਜੋੜ ਦਿੱਤਾ ਦਿੱਤਾ ਜਾਵੇ, ਜਾਵੇ, ਉਹਦੇ ਨਾਲ ਕਈ ਚੀਜ਼ਾਂ ਹੁੰਦੀਆਂ, ਇੱਕ ਤਾਂ ਜਿਵੇਂ ਛੱਤੀਸਗੜ੍ਹ ਵਗੈਰਾ ਜਾਂ ਉਸ ਪਾਸੇ ਜਦੋਂ ਹੜ ਆਉਂਦੇ ਨੇ, ਠੀਕ ਹੈ, ਹੜ ਇੱਕ ਪਾਸੇ ਆਉਂਦਾ, ਪੂਰੇ ਦੇਸ਼ 'ਚ ਨਹੀਂ ਆਉਂਦਾ, ਨਹੀਂ ਆਉਂਦਾ, ਠੀਕ ਹੈ, ਕਈ ਦੇਸ਼ ਦਾ ਕਈ ਇਹ ਹਿੱਸਾ ਹੁੰਦਾ ਜਿਹੜਾ ਉਸ ਟਾਈਮ ਪਾਣੀ ਦੀ ਲੋੜ ਹੁੰਦੀ ਹੈ, ਪਾਣੀ ਠੀਕ““ਲੋੜ।““““ਲੋੜ।![““
ਤਾਂ ਆਉਣ ਵਾਲੇ ਟਾਈਮ ਦੇ ਵਿੱਚ ਲੋਕ ਤੁਹਾਨੂੰ ਜਦੋਂ ਲੋਕਾਂ ਨੂੰ ਸਮਝਾਉਂਗੇ, ਅੱਜ ਦੇ ਲੋਕ ਸਮਝਦਾਰ ਨੇ, ਜਦੋਂ ਉਹਨੂੰ ਸਮਝਾਉਂਗੇ ਸਮਝ ਕੇ ਤੁਹਾਨੂੰ ਵੋਟਾਂ ਵੀ ਪਾ ਦੇਣਗੇ। ਬਿਲਕੁਲ ਬਿਲਕੁਲ, ਲੇਕਿਨ ਇੱਕ ਵਾਰੀ ਤਾਂ ਤੁਹਾਨੂੰ ਸਟੈਂਡ ਲੈਣਾ ਹੀ ਪਊ। ਹਾਂਜੀ, ਹੁਣ ਨਾ ਇਹਦੇ ਨਾਲ ਕਈ ਚੀਜ਼ਾਂ ਜੁੜਦੀਆਂ ਨੇ। ਇਹਦੇ ਨਾਲ ਇਹ ਵੀ ਜੁੜਦਾ ਕਿ ਜਿਹੜਾ ਅੱਜ ਕੱਲ੍ਹ ਰੌਲਾ ਪੈ ਰਿਹਾ, ਪਿੱਛੇ ਕੁਛ ਸਾਲਾਂ ਤੋਂ ਰੌਲਾ ਪੈ ਰਿਹਾ ਕਿ ਜੀ ਸਾਰੇ ਜਿੰਨੇ ਚੁਣਾਵ ਆ ਸਾਰੇ ਇਕੱਠੇ ਕਰਾ ਲਿੱਤੇ ਜਾਣ, ਹਾਂ ਇਹ ਵੀ ਬਹੁਤ ਵਧੀਆ ਸੁਝਾਅ। ਐਮਪੀ ਐਮਐਲਏ ਦਾ ਉਹ ਹਾਂਜੀ ਇਸ ਕਰਕੇ ਕਰਾ ਦਿੱਤੇ ਜਾਣ ਕਿ ਜਿਹੜਾ, ਕਿਉਂਕਿ ਕੀ ਹੁੰਦਾ ਹੈ ਕਿ ਕਿਸੇ ਵੀ ਸਕੀਮ ਨੂੰ ਚੱਲਣ ਲੱਗਿਆ, ਮੰਨ ਲਓ ਅੱਜ ਮੋਦੀ ਸਰਕਾਰ ਇੱਕ ਸੀਐਮ ਇੱਕ ਪੀਐਮ ਸੌਰੀ ਪੀਐਮ ਅਗਰ ਮੰਨ ਲਓ ਸਾਰੀ ਨਹਿਰ ਨੂੰ ਲਿੰਕ ਕਰਨ ਦੀ ਯੋਜਨਾ ਦੇ ਉੱਤੇ ਹਾਂ ਕਰਦਾ ਹੈ, ਅੱਜ ਦੀ ਡੇਟ 'ਚ ਉਹ ਪੀਐਮ ਹੈ, ਅੱਜ ਦੀ ਡੇਟ 'ਚ ਕੁਛ ਵੀ ਕਰ ਕਰ ਸਕਦਾ, ਸਕਦੇ ਠੀਕ ਹੈ, ਪਾਵਰ ਹੈ। ਲੇਕਿਨ ਕਈ ਸਟੇਟਾਂ ਦੇ ਵਿੱਚ ਕਿਸੇ 'ਚ 6 ਮਹੀਨੇ ਬਾਅਦ ਚੁਣਾਵ ਹੈ, ਕਿਸੇ 'ਚ ਸਾਲ ਬਾਅਦ ਚੁਣਾਵ ਹੈ, ਕਿਸੇ 1.5 ਸਾਲ 'ਚ ਚੁਣਾਵ ਹੈ। ਜਿਹੜਾ ਉਹਦਾ ਫਾਇਦਾ ਹੈ ਉਹ 6 ਮਹੀਨੇ ਜਗ੍ਹਾ ਦਿਖਾਇਆ ਜਾ ਨਹੀਂ ਸਕਦਾ, ਕਿ ਜਦੋਂ ਤੱਕ ਲਿੰਕ ਨਹੀਂ ਹੋਣੀ ਹੈ ਨਹਿਰਾਂ ਸਾਰਾ ਕੁਝ, ਉਹ ਅਗਲੀ ਵਾਰੀ ਮੇਰੀ ਮੀਂਹ ਨਹੀਂ ਆਣਗੇ ਔਰ ਉਹ ਪ੍ਰੋਬਲਮ ਲੋਕਾਂ ਨੂੰ ਦਿਖੂਗਾ ਕਿ ਹਾਂ ਜੀ ਐਤੀ ਐਤੀ ਦਿੱਕਤ ਨਹੀਂ ਆਈ, ਜਿਨ੍ਹਾਂ ਨੂੰ ਪਾਣੀ ਨਹੀਂ ਮਿਲਦਾ ਸੀ ਉਹਨਾਂ ਨੂੰ ਪਾਣੀ ਮਿਲ ਗਿਆ, ਉਹ ਸਾਰਾ ਕੁਝ ਹੋਣ ਦੇ 3-4-5 ਸਾਲ ਤਾਂ ਲੱਗਦੇ ਮਤਲਬ ਪਰਸਨਲ ਲੈ ਲੈ ਕੇ ਬਹਿ ਜਾਂਦੇ ਆ ਉਹ ਪਰਸਨਲੀ। ਵੀ ਸਾਡੇ ਰਾਜ 'ਚ ਨਹੀਂ ਹੋਣਾ ਇਹ ਤਾਂ ਦੂਜੀ ਸਰਕਾਰ ਦੇ ਰਾਜ 'ਚ ਹੋਊਗਾ ਜਦੋਂ ਉਹ ਸ਼ੁਰੂ ਹੋਊਗਾ। ਬਿਲਕੁਲ, ਹੁਣ ਉਹਨਾਂ ਨੂੰ ਕੀ ਹੁੰਦਾ ਕਿ ਹੁਣ ਜਿਹੜੀ ਮੰਨ ਲਓ ਕੋਈ ਏਜੀ ਸਟੇਟ ਜਿਹੜੇ ਸਾਲ ਬਾਅਦ ਚੁਣਾਵ ਆਉਣ ਵਾਲਾ ਹੈ, ਹਾਂ ਅੱਜ ਰੌਲਾ ਪੈ ਗਿਆ ਤੇ ਉਹ ਲੋਕਾਂ ਦੇ ਨੈਗੇਟਿਵ ਹੋ ਜਾਣਗੇ, ਕਿਉਂਕਿ ਹਲੇ ਉਹਨਾਂ ਨੇ ਫਾਇਦਾ ਤਾਂ ਦੇਖਿਆ ਨਹੀਂ ਹੁੰਦਾ, ਪਹਿਲਾਂ ਯਾਰ ਇਹ ਨੈਗੇਟਿਵ ਤਾਂ ਸੋਚੋ ਦੇਖਣਗੇ। ਵੀ ਪਤੰਦਰਾ ਸਾਰਾ ਕੁਝ ਇੰਡੀਆ ਵਾਸਤੇ ਹੋ ਰਿਹਾ ਹੈਗਾ, ਇੰਡੀਆ ਦੇ ਵਿੱਚ ਹੋਊਗਾ ਤਾਂ ਕਿਤੇ ਨਾ ਕਿਤੇ ਤੁਹਾਨੂੰ ਵੀ ਫਾਇਦਾ ਹੋਊਗਾ ਇਹਦਾ। ਉਹੀ ਚੀਜ਼ ਹੈ ਨਾ, ਇਹ ਚੀਜ਼ ਆ ਜਿਹੜੇ ਕਹਿੰਦੇ ਸਟ੍ਰਿਕਟ ਐਕਸ਼ਨ ਲੈਣੇ, ਇਹਨੇ ਸੌਖੇ ਨਹੀਂ ਹੁੰਦੇ ਪੋਲਿਟਿਕਸ ਦੇ ਵਿੱਚ, ਕੋਈ ਵੀ ਬੰਦਾ ਲੈ ਸਕਦਾ। ਅਸਲ 'ਚ ਪੋਲੀਟੀਸ਼ੀਅਨ ਹੀ ਨਹੀਂ ਖਰਾਬ ਕਰੀ ਜਾਂਦੇ ਮੇਰੇ ਹਿਸਾਬ ਨਾਲ, ਕਿ ਨਹੀਂ ਦੇਖੋ ਇਹ ਵੀ ਵੀ ਜੇ ਇੱਕ ਬੰਦਾ ਤੁਸੀਂ ਕਹਿ ਰਹੇ ਹੋ ਵੀ ਮੋਦੀ ਸਾਹਿਬ ਮੰਨ ਲਓ ਐਕਸ਼ਨ ਲੈ ਲੈਂਦੇ ਆ ਕੋਈ ਇਹਦੇ ਤੇ ਪਲਾਨ ਬਣਾ ਲੈਂਦੇ ਹੈਗੇ, ਤੇ ਬਾਕੀ ਜਿਹੜੇ ਉਹਨਾਂ ਦੇ ਨਾਲ ਦੇ ਆ ਉਹ ਰੌਲਾ ਪਾ ਕੇ ਬਹਿਣਗੇ ਵੀ ਤੁਸੀਂ ਇਹ ਗਲਤ ਕਰੀ ਇਹਨੂੰ ਸਾਨੂੰ ਕੋਈ ਫਾਇਦਾ ਨਹੀਂ, ਸਾਡਾ ਨੁਕਸਾਨ ਹੋ, ਇਹ ਆਪ ਹੀ ਦੇਖੋ ਇਹ ਹਰ ਜਗ੍ਹਾ ਹੀ ਹੁੰਦਾ ਹੈ, ਇਹਦੇ ਵਿੱਚ ਲੋਕਾਂ ਨੂੰ ਜਾਗਰੂਕ ਹੋਣਾ ਪਊਗਾ, ਲੋਕਾਂ ਨੂੰ। ਹਾਂ ਜਿਹੜੀ ਗੱਲ ਭਗਵੰਤ ਮਾਨ ਸਾਹਿਬ ਮੈਨੂੰ ਫੜ ਲੈਣਗੇ, ਉਹਨਾਂ ਨੇ ਬਹੁਤ ਵਧੀਆ ਗੱਲ ਕੀਤੀ, ਲੋਕਾਂ ਨੂੰ ਜਾਗਰੂਕ ਹੋਣਾ, ਉਹ ਹਾਂ ਪੰਜਾਬੀ 'ਚ ਲੋਕ ਹੁੰਦੇ ਨੇ, ਲੋਕਾਂ ਨੂੰ। ਸੋ ਲੋਕਾਂ ਨੂੰ ਜਾਗਰੂਕ ਹੋਣਾ ਪਊਗਾ, ਅਗਰ ਲੋਕ ਇਹ ਗੱਲਾਂ ਸਮਝਣਗੇ, ਠੀਕ ਹੈ, ਅਸੀਂ ਇਸ ਕਰਕੇ ਵੀਡੀਓ ਦੇ ਵਿੱਚ ਮੈਂ ਐਕਸਪਲੇਨ ਕਰ ਰਿਹਾ ਕਿਉਂਕਿ ਅਗਰ ਲੋਕ ਇਹ ਗੱਲਾਂ ਸਮਝਣਗੇ ਨਾ ਤਾਂ ਚੀਜ਼ਾਂ ਠੀਕ ਹੋਣੀਆਂ ਸ਼ੁਰੂ ਹੋਣਗੀਆਂ। ਜਿੱਥੇ ਇੰਡਸਟਰੀ ਦੀ ਲੋੜ ਹੈ ਉੱਥੇ ਇੰਡਸਟਰੀ ਵੀ ਚਾਹੀਦੀ ਹੈ, ਬਿਲਕੁਲ, ਜਿੱਥੇ ਇਹ ਜੇ ਐਕਸ਼ਨ ਲੈਣ ਦੀ ਲੋੜ ਹੈ ਉੱਥੇ ਵੀ ਚਾਹੀਦੀ ਹੈ, ਜਿੱਥੇ ਕੋਈ ਡਿਫੈਂਸ ਦੇ ਉੱਤੇ ਅਗਰ ਕੋਈ ਕੰਮ ਕਰਨ ਦੀ ਲੋੜ ਹੈ ਉੱਥੇ ਵੀ ਲੋੜ ਹੈ। ਕਈ ਹਾਰਡ ਡਿਸੀਜਨ ਲੈਣੇ ਪੈਣਗੇ, ਬਿਲਕੁਲ, ਕਈ ਦੇਖੋ ਸਰਕਾਰ ਬਣਾਉਣੀ ਕੱਲੀ ਇੱਕ ਗੱਲ ਨਹੀਂ ਹੁੰਦੀ, ਜੇ ਤੁਸੀਂ ਕੋਈ ਹਾਰਡ ਡਿਸੀਜਨ ਲੈ ਜਾਓਗੇ ਲੋਕ ਤੁਹਾਨੂੰ ਯਾਦ ਰੱਖਣਗੇ, ਅਟਲ ਬਿਹਾਰੀ ਵਾਜਪਾਈ ਉਹਨਾਂ ਨੂੰ ਲੋਕ ਯਾਦ ਰੱਖਦੇ ਨੇ ਕਿ ਜੀ ਉਹਨਾਂ ਨੇ ਪੋਖਰਨ ਟੈਸਟ ਕਰਾਏ ਸੀ, ਇੰਡੀਆ ਨੂੰ ਨਿਊਕਲੀਅਰ ਸਟੇਟ ਦੱਸਿਆ ਸੀ, ਪ੍ਰੂਵ ਕੀਤਾ ਸੀ, ਮਤਲਬ ਉਹਨਾਂ ਨੇ ਬਿਲਕੁਲ ਸਟੈਂਡ ਲੈ ਗਏ, ਸਟੈਂਡ ਲੈ ਕੇ ਉਹਦੇ ਵਿੱਚ ਉਹਨਾਂ ਨੂੰ ਬਹੁਤ ਪ੍ਰੋਬਲਮਸ ਆਈਆਂ ਸੀ, ਇੰਟਰਨੈਸ਼ਨਲ ਆਪਣੇ ਤੇ ਵੀ ਦਬਾਅ ਇੰਟਰਨੈਸ਼ਨਲ ਪਿਆ, ਅਮਰੀਕਾ ਨੇ ਆਪਣੇ ਤੇ ਸੈਂਕਸ਼ਨ ਵੀ ਲਾਏ, ਆਪਣਾ ਹੁੱਕਾ ਪਾਣੀ ਬੰਦ ਕਰਨ ਦੀ ਕੋਸ਼ਿਸ਼ ਕੀਤੀ, ਬੜਾ ਕੁਝ ਕੀਤਾ, ਲੇਕਿਨ ਉਹਨਾਂ ਨੇ ਸਟੈਂਡ ਲੈ ਕੇ ਇੰਡੀਆ ਵਾਸਤੇ ਕੁਝ ਕੀਤਾ, ਅੱਜ ਉਹ ਸਟੈਂਡ ਬਹੁਤ ਵੱਡਾ ਹੈ। ਅੱਜ ਦੀ ਡੇਟ 'ਚ ਆਪਾਂ ਉਹਨਾਂ ਨੂੰ ਇਸ ਚੀਜ਼ ਵਾਸਤੇ ਜਾਣਿਆ ਜਾਂਦਾ ਕਿ ਜੀ ਉਹਨਾਂ ਉਹ ਸਰਕਾਰ ਨੇ ਉਹਨਾਂ ਨੇ ਕਰਾਇਆ, ਭਾਵੇਂ ਉਹਨਾਂ ਦੀ ਸਰਕਾਰ ਡਿੱਗ ਪਈ। ਬਿਲਕੁਲ, ਇਤਿਹਾਸ ਦੇ ਵਿੱਚ ਇੱਕ ਨਾਮ ਲਿਖਿਆ ਗਿਆ ਕਿ ਸ਼੍ਰੀ ਅਟਲ ਬਿਹਾਰੀ ਵਾਜਪਾਈ ਜੀ ਨੇ ਆ ਆਹ ਸਟੈਂਡ ਕੰਮ ਲਿਆ, ਕੀਤਾ, ਆ ਕੰਮ ਕੀਤਾ ਆਪਣੇ ਦਮ ਤੇ ਕੀਤਾ, ਆਪਣੇ ਦਮ ਤੇ ਆਪਦੀ ਮਤਲਬ ਇੱਕ ਸਟੈਂਡ ਲੈ ਕੇ ਕੀਤਾ। ਹਾਂ, ਅਗਰ ਇਹ ਜਿਹਾ ਸਟੈਂਡ ਕੋਈ ਅਗਰ ਨੇਤਾ ਲੈ ਜਾਏਗਾ ਤਾਂ ਮੇਰੇ ਹਿਸਾਬ ਨਾਲ ਪਹਿਲਾਂ ਤਾਂ ਸਮਝਾਉਣਾ ਔਖਾ ਹੁੰਦਾ ਸੀ, ਅੱਜ ਕੱਲ੍ਹ ਤਾਂ ਸੋਸ਼ਲ ਮੀਡੀਆ ਬੜੀਆਂ ਚੀਜ਼ਾਂ ਨੇ ਸਮਝਾਉਣਾ ਬਹੁਤ ਸੌਖਾ, ਔਰ ਮੋਦੀ ਜੀ ਜਿਸ ਹਿਸਾਬ ਨਾਲ ਮੋਦੀ ਜਿਸ ਹਿਸਾਬ ਨਾਲ ਗੋਦੀ ਮੀਡੀਆ ਦੀ ਗੱਲ ਹੁੰਦੀ ਹੈ ਤੇ ਉਹ ਚੀਜ਼ਾਂ ਦੀ ਗੱਲ ਹੁੰਦੀ ਹੈ, ਉਹ ਚੀਜ਼ਾਂ ਬਹੁਤ ਸੌਖੀਆਂ ਨੇ, ਹੁਣ ਤਾਂ ਸਮਝਾਉਣਾ ਬਹੁਤ ਸੌਖਾ, ਪਹਿਲਾਂ ਤਾਂ ਸਮਝਾਉਣਾ ਹਰ ਸ਼ਾਇਦ ਬੰਦਾ ਮਤਲਬ ਸੌਖਾ ਹੁੰਦਾ ਆਪਣੇ YouTube ਤੋਂ ਆਪਣੇ WhatsApp ਤੋਂ ਆਪਣੇ Facebook ਤੋਂ ਮਤਲਬ ਹਰੇਕ ਬੰਦਾ ਆਪਣਾ ਆਪਣਾ ਵਿਊ ਪਾ ਸਕਦਾ ਹੈ। ਬਿਲਕੁਲ ਬਿਲਕੁਲ ਬਿਲਕੁਲ, ਔਰ ਲੋਕ ਸਮਝਦਾਰ ਨੇ, ਲੋਕ ਸਮਝਦੇ ਨੇ ਇਹ ਜੀ ਗੱਲ, ਇਹ ਜੀ ਗੱਲ ਨਹੀਂ, ਲੋਕ ਨਹੀਂ ਸਮਝਦੇ, ਠੀਕ ਹੈ, ਰੌਲਾ ਪਾਉਣ ਵਾਲੇ ਹੁੰਦੇ ਆ, YouTube ਤੇ ਰੌਲਾ ਪੈਂਦਾ ਰਹਿੰਦਾ, Facebook ਤੇ ਰੌਲਾ ਪੈਂਦਾ ਰਹਿੰਦਾ, ਲੇਕਿਨ ਜਿਹੜੇ ਲੋਕ ਸਮਝਣ ਵਾਲੇ ਹੁੰਦੇ ਨੇ ਨਾ ਉਹ ਤਾਂ ਕਈ ਵਾਰੀ ਸਮਝ ਕੇ ਕਮੈਂਟ ਵੀ ਨਹੀਂ ਕਰਦੇ, ਉਹ ਉਹ ਕਹਿੰਦੇ ਕੀ ਐਕਚੁਅਲੀ ਰੌਲਾ ਪਵਾਇਆ ਜਾਂਦਾ ਹੈ, ਬਿਲਕੁਲ ਸਮਝਦਾ ਬੰਦਾ ਉਹ ਲਾਈ ਲੱਗ ਨਹੀਂ ਹੁੰਦਾ ਗਾ, ਬਿਲਕੁਲ, ਜਿਹੜੇ ਲੋਕ ਮਤਲਬ ਲਕੀਰ ਤੇ ਫਕੀਰ ਹੁੰਦੇ ਆ, ਜਿਵੇਂ ਉਹਨਾਂ ਨੂੰ ਉੱਪਰ ਲੈਣੇ ਕਹਿਤਾ ਵੀ ਤੁਸੀਂ ਰੌਲਾ ਪਾਉਣਾ, ਤੁਸੀਂ ਜਾ ਕੇ ਪੁੱਠਾ ਬੋਲਣਾ, ਤੁਸੀਂ ਗਾਲਾਂ ਦੇਣੀਆਂ, ਤੁਸੀਂ ਕਹਿਣਾ ਵੀ ਇਹ ਚੀਜ਼ ਨੂੰ ਵਾਪਸ ਲਓ, ਮੈਂ ਉਹ ਲੋਕ ਹੀ ਰੌਲਾ ਪਾਉਂਦੇ ਮੇਰੇ ਹਿਸਾਬ ਨਾਲ, ਬਿਲਕੁਲ ਜ਼ਿਆਦਾਤਰ ਉਹੀ ਹੁੰਦਾ ਜੀ, ਸਿਰਫ ਕੁਛ ਹੀ ਪਰਸੈਂਟ ਲੋਕ ਹੁੰਦੇ ਜਿਹੜੇ ਜਿਹੜੇ ਐਕਚੁਅਲ ਹੁੰਦੇ ਨੇ, ਬਾਕੀ 90% ਹੀ ਕਹਿ ਸਕਦੇ ਆ, 90 ਕਹਿ ਲਓ, 70-75 ਕਹਿ ਲਓ, ਉਹ ਤਾਂ ਪਾਰਟੀਆਂ ਦੇ ਹੀ ਬੰਦੇ ਹੁੰਦੇ ਨੇ, ਜਾਂ ਤਾਂ ਕੋਈ ਫਾਲੋਅਰ ਹੁੰਦਾ ਪਾਰਟੀ ਦਾ, ਕੋਈ ਅੰਧ ਭਗਤਾ ਕਹਿ ਦਿੰਦੇ ਨੇ, ਕਈਆਂ ਨੂੰ ਚਮਚੇ ਕਹਿ ਦਿੰਦੇ ਨੇ, ਬਹੁਤ ਜ਼ਿਆਦਾਤਰ ਤਾਂ ਉਹ ਅੰਧ ਜ਼ਿਆਦਾਤਰ ਤਾਂ ਉਹ ਲੋਕ ਹੁੰਦੇ ਨੇ ਜਿਹੜੇ ਆਈਟੀ ਟੀਮਾਂ ਇਹਨਾਂ ਨੇ ਹਾਇਰ ਕੀਤੀਆਂ ਹੋਈਆਂ ਨੇ, ਆਪਦੀਆਂ ਆਈਟੀ ਟੀਮਾਂ ਬਣਾਈਆਂ ਹੋਈਆਂ, ਉਹਨਾਂ ਦੀਆਂ ਆਈਡੀਆ ਹੁੰਦੇ ਨੇ, ਉਹੀ ਲੋਕ ਹੁੰਦੇ ਨੇ, ਉਹੀ ਸਾਰਾ ਕੁਝ ਕਰਦੇ ਨੇ, ਜਾਂ ਜਿਹੜੇ ਆਪਣੇ ਮੀਡੀਆ ਵਾਲੇ ਭਰਾ ਗੋਦ
ਫੋਟੋਆਂ ਖਿਚਾਉਣ ਵਾਲੀ ਐਂ ਲੈਣ ਲੱਗੀ ਕੋਈ, ਕਦੇ ਇੱਧਰ ਖੜ ਕੇ ਫੋਟੋ, ਕਦੇ ਇੱਧਰ ਖੜ ਕੇ ਫੋਟੋ, ਕਦੇ ਵਿਚਾਲੇ ਖੜ ਕੇ ਫੋਟੋ, ਕਦੇ ਜੱਫੀ 'ਚ ਲੈ ਕੇ ਫੋਟੋ। ਮਤਲਬ ਕੰਮ ਕੁੰਮ ਸ਼ੁਰੂ ਕੀਤਾ ਉਹਨਾਂ ਨੇ ਕਿ ਹਜੇ ਇਕੱਲੇ ਫੋਟੋ ਖਿਚਾਉਣਤੀ ਹੈ। ਤੇ ਨੰਬਰ ਦੋ ਵੀ ਐਂ ਜਾ ਕੇ ਸਰਕਾਰੀ ਦਫ਼ਤਰਾਂ 'ਚ ਫੋਟੋ ਖਿਚਵਾ ਸਕਦੇ ਆ? ਮੈਨੂੰ ਲੱਗਦਾ ਖਿਚਵਾ ਹੀ ਸਕਦੇ ਹੁਣ, ਤਾਂ ਹੀ ਜਾ ਕੇ ਹਰੇਕ ਬੰਦੇ ਹੀ ਫੋਟੋ ਖਿਚਵਾ ਲੈਂਦਾ। ਇਹਦੇ 'ਤੇ ਕੋਈ ਓਬਜੈਕਸ਼ਨ ਨਹੀਂ ਹੁੰਦੀ ਗੀ ਜਾਂ ਕੀ ਚੱਕਰ ਕੀ ਹੈ ਇਹ? ਦੇਖੋ ਜੀ, ਜਿੰਨਾ ਕੁ ਆਪਣਾ ਫੇਸਬੁੱਕ ਇਹ ਆਪਾਂ ਕਿਤੇ ਇਹਨਾਂ ਨੂੰ ਫੋਟੋਆਂ ਬਣਾਉਣ ਵਾਸਤੇ ਤਾਂ ਨਹੀਂ ਚੇਅਰਮੈਨ ਬਣਾਇਆ? ਦੇਖੋ ਜੀ, ਜਿਹੜਾ ਫੋਟੋ ਵਾਲਾ ਕਲਚਰ ਹੈ ਨਾ, ਪਹਿਲਾਂ ਹੁੰਦਾ ਸੀ ਪਰ ਇੰਨਾ ਨਹੀਂ ਹੁੰਦਾ ਸੀ ਜਿੰਨਾ ਹੁਣ ਹੈ। ਹੁਣ ਹਰੇਕ ਦੇ ਹੱਥ 'ਚ ਫੋਨ ਅਗਲਾ ਇਹਨੇ ਖੜ ਜਾਂਦਾ। ਬਿਲਕੁਲ। ਦੂਸਰਾ, ਲੋਕ ਜਾ ਰਹੇ ਨੇ ਉਹਨਾਂ ਦੀ ਜੁਆਇਨਿੰਗ ਵਾਸਤੇ, ਲੋਕ ਨਾਲ ਗਏ, ਠੀਕ ਹੈ, ਲੇਕਿਨ ਉਹ ਉਮੀਦ ਨਹੀਂ ਸੀ ਕਿ ਇੰਨੇ ਜ਼ਿਆਦਾ ਲੋਕ ਉਹ ਜਾਣਗੇ। ਵੀ 50 ਜਾਂ 100 100 ਬੰਦਾ, ਇੱਕ ਬੰਦੇ ਨੇ ਜੁਆਇਨ ਕਰਨਾ ਹੁੰਦਾ ਬਿਲਕੁਲ, ਦੱਸੋ। ਇਹੋ ਕਲਚਰ ਦੇ ਉੱਤੇ ਡਿਪੈਂਡ ਕਰਦਾ ਕਿ ਆਪਾਂ ਕਿਹੋ ਜਿਹਾ ਕਲਚਰ ਡਿਵੈਲਪ ਕਰਨਾ ਚਾਹੁੰਦੇ ਹਾਂ। ਆਹੀ ਰੌਲਾ ਹੈ ਕਿ ਜਦੋਂ ਤੁਸੀਂ ਬਹੁਤ ਜ਼ਿਆਦਾ ਫੋਟੋਆਂ ਖਿਚਾਉਣ ਲੱਗ ਜਾਂਦੇ ਹੋ ਔਰ ਉਸ ਬੰਦੇ ਨੂੰ ਇੰਨਾ ਕੁ ਹਾਈਲਾਈਟ ਕਰ ਦਿੰਦੇ ਆ ਆਪਾਂ, ਉਹ ਦੋ ਤਰ੍ਹਾਂ ਨਾਲ ਇਫੈਕਟ ਕਰਦਾ। ਇੱਕ ਇੱਕ ਤਾਂ ਉਹਦੀ, ਇੱਕ ਤਾਂ ਉਸ ਬੰਦੇ ਨੂੰ ਇਹ ਆਪਾਂ ਇੰਨੀਆਂ ਫੋਟੋਆਂ ਖਿਚਾ ਕੇ ਉਹਨੂੰ ਇੱਕ ਸਪੈਸ਼ਲ ਫੀਲ ਕਰਾ ਰਹੇ ਹਾਂ ਕਿ ਬਾਈ ਤੈਨੂੰ ਬਹੁਤ ਵਧੀਆ ਚੀਜ਼ ਮਿਲ ਗਈ, ਹੁਣ ਤੂੰ ਬੰਦਾ ਸਪੈਸ਼ਲ ਬਣ ਗਿਆ, ਠੀਕ ਹੈ। ਉਹਨੂੰ ਇੱਕ ਰੈਂਕ ਤੋਂ ਕੁਝ ਕਿੰਨੇ ਗੁਣਾ ਉੱਚਾ ਕਰ ਦਿੰਦੇ ਆ ਆਪਾਂ, ਹਾਂ ਸਿਰਫ ਫੋਟੋਆਂ ਖਿਚਾ ਖਿਚਾ ਕੇ ਤੂੰ ਬਹੁਤ ਵੱਡਾ ਬੰਦਾ ਬਣ ਗਿਆ। ਇਹੀ ਇੱਕ ਕਾਰਨ ਆਹ ਹੈ। ਚੀਜ਼ ਹੈ, ਸੁਣੋ ਪਹਿਲਾਂ ਹਾਂ ਸੁਣਿਆ ਕਰੋ, ਅੱਛਾ ਠੀਕ ਹੈ। ਦੂਸਰਾ ਕਾਰਨ ਇਹਦਾ ਇਹ ਹੈ ਕਿ ਉਹਦੇ ਉੱਤੇ, ਚਲੋ ਅੱਛੀ ਗੱਲ ਹੈ ਸਾਰਿਆਂ ਨੂੰ ਮਿਲ ਰਿਹਾ, ਉਹ ਬੰਦੇ ਨੂੰ ਮਿਲਿਆ, ਸਾਰਾ ਕੁਝ ਅੱਛੀ ਗੱਲ ਹੈ, ਅਪਰੀਸ਼ੀਏਟ ਕਰਨਾ ਚਾਹੀਦਾ, ਬਹੁਤ ਅੱਛੀ ਗੱਲ ਹੈ। ਲੇਕਿਨ ਇਸ ਚੀਜ਼ ਦਾ ਇਹ ਧਿਆਨ ਰੱਖੀਏ ਕਿ ਆਪਣੀ ਅਪਰੀਸ਼ੀਏਸ਼ਨ ਨਾਲ ਕਿਤੇ ਇਹ ਨਾ ਹੋਵੇ ਕਿ ਆਪਾਂ ਪਹੁੰਚ ਪਹੁੰਚ ਕੇ ਫੋਟੋਆਂ ਖਿਚਾ ਰਹੇ, ਕੰਮ ਹੈ ਨਹੀਂ ਸਿਰਫ ਫੋਟੋਆਂ ਖਿਚਾਉਣ ਵਾਸਤੇ ਜਾ ਰਹੇ ਹਾਂ। ਦੇਖੋ ਉਹਦੀ ਤਨਖਾਹ ਸ਼ੁਰੂ ਹੋ ਚੁੱਕੀ ਹੈ, ਉਹਨੇ ਜੁਆਇਨਿੰਗ ਕਰ ਲਈ ਹੈ, ਉਹਦਾ ਉਹਨੂੰ ਜੋ ਕੰਮ ਦਿੱਤਾ ਗਿਆ ਉਹ ਆਪਾਂ ਉਹ ਕੰਮ ਕਰ ਦਈਏ, ਉਹਦੇ ਕੋਲ ਕੰਮ ਲੈ ਕੇ ਜਾਈਏ, ਨਾ ਕਿ ਫੋਟੋਆਂ ਖਿਚਾਉਣ ਵਾਸਤੇ ਜਾਈਏ। ਫੋਟੋਆਂ ਖਿਚਾ ਕੇ ਕੁਝ ਨਹੀਂ ਹੋਏਗਾ, ਖਿਚਾਓ, ਅੱਛੀ ਗੱਲ ਹੈ, ਜਦੋਂ ਆਣਗੇ ਕੰਮ ਕਰਨ ਵਾਸਤੇ ਆਣ, ਤੁਸੀਂ ਕੰਮ ਉਹਨਾਂ ਨੂੰ ਕਹੋ ਜਦੋਂ ਕੰਮ ਕਰਨ ਵਾਸਤੇ ਆਣ, ਜਦੋਂ ਕੰਮ ਕਰਨ ਫਿਰ ਫੋਟੋ ਖਿਚਾਓਗੇ, ਜੀ ਸਾਡਾ ਚੇਅਰਮੈਨ ਸਾਹਿਬ ਨੂੰ ਆਹ ਕੰਮ ਕਿਹਾ ਸੀ, ਅਸੀਂ ਆਹ ਕੰਮ ਸਾਡਾ ਹੋ ਗਿਆ, ਅਸੀਂ ਥੈਂਕ ਯੂ ਕਰਨ ਵਾਸਤੇ ਗਏ ਹਾਂ, ਜਾਂ ਆਹ ਕੰਮ ਕਰਨ ਵਾਸਤੇ ਚੇਅਰਮੈਨ ਨੇ ਆ ਕੇ ਸਾਨੂੰ ਦੱਸਿਆ ਕਿ ਚੇਅਰਮੈਨ ਸਾਹਿਬ ਨੇ ਸਾਡਾ ਆਹ ਕੰਮ ਕਰਾਤਾ, ਐਕਚੁਅਲ ਦੇ ਵਿੱਚ ਇਹਨਾਂ ਨੇ ਆਹ ਵਧੀਆ ਕੰਮ ਕੀਤਾ, ਤਾਂ ਉਹਨਾਂ ਦਾ ਉਦੋਂ ਥੈਂਕ ਯੂ ਕਰੋ, ਉਹਦਾ ਜ਼ਿਆਦਾ ਵਧੀਆ। ਇਹ ਮੇਰੇ ਆਪ ਦੀ ਮੰਨਣਾ ਹੈ, ਬਿਲਕੁਲ, ਬਾਕੀ ਬਿਲਕੁਲ, ਲੋਕਾਂ ਦਾ ਆਪਦਾ ਮੰਨਣਾ, ਜੇ ਕੋਈ ਫੋਟੋ ਖਿਚਾ ਰਿਹਾ ਮੈਂ ਮਨਾ ਤਾਂ ਨਹੀਂ ਕਰੂੰਗਾ, ਤੁਹਾਡੀ ਮਰਜ਼ੀ ਹੈ ਜੀ ਫੋਟੋ ਖਿਚਾਓ, ਲੇਕਿਨ ਮੈਂ ਉਹਨਾਂ ਆਮ ਆਦਮੀ ਪਾਰਟੀ ਵਾਲਿਆਂ ਨਾਲ, ਉਹਨਾਂ ਨੂੰ ਕਹਿ ਰਿਹਾ ਕਿ ਜਿਹੜੇ ਕਹਿੰਦੇ ਸੀ ਕਲੀਨ ਸਰਕਾਰ, ਵਧੀਆ ਸਰਕਾਰ, ਕੰਮ ਕਰਨ ਵਾਲੀ ਸਰਕਾਰ, ਕਿ ਆਪਾਂ ਫੋਟੋਆਂ ਖਿਚਾ ਖਿਚਾ ਕੇ ਤੇ ਉਹਨਾਂ ਨੂੰ ਫੋਟੋਆਂ ਦੇ ਵਿੱਚ ਬਿਜ਼ੀ ਕਰ ਕਰਕੇ ਕੀ ਆਪਾਂ ਉਹਨਾਂ ਦਾ ਟਾਈਮ ਵੇਸਟ ਨਹੀਂ ਕਰ ਰਹੇ? ਕੀ ਇਹੀ ਇਹੀ ਟਾਈਮ ਜੋ ਆਪਦਾ, ਜਿਹੜਾ ਉਹਨਾਂ ਨੂੰ ਕੰਮ ਦਿੱਤਾ ਗਿਆ, ਜਿਹੜੀ ਉਹਨਾਂ ਦੀ ਤਨਖਾਹ ਸ਼ੁਰੂ ਹੋ ਚੁੱਕੀ ਹੈ, ਜਾਂ ਜਿਹੜੇ ਉਹਨਾਂ ਨੂੰ ਭੱਤਾ ਮਿਲਣਾ ਹੈ, ਜੋ ਵੀ ਕੁਝ ਮਿਲਣਾ ਹੈ, ਜੇ ਤਨਖਾਹ ਮਿਲਣੀ ਹੈ, ਨਹੀਂ ਮਿਲੀ, ਜਾਂ ਕਈ ਹੈ ਜਿਹੜੇ ਸ਼ਾਇਦ ਆਪਦੀ ਤਨਖਾਹ ਛੱਡ ਦੇ, ਹਲੇ ਖੈਰ ਕਿਸੇ ਦੀ ਕੋਈ ਆਇਦਾ ਹੈ ਨਹੀਂ ਕਿ ਜੀ ਮੈਂ ਕੋਈ ਭੱਤਾ, ਮੈਂ ਤਨਖਾਹ ਨਹੀਂ ਲਊਂਗਾ, ਲੇਕਿਨ ਅਗਰ ਕੋਈ ਅਜੇ ਵੀ ਹੋਣਗੇ, ਅਗਰ ਹੈ ਤਾਂ, ਜਿਵੇਂ MLA ਸਾਹਿਬ ਨੇ ਕੀਤਾ ਸੀ ਇੱਕ ਪੰਜਾਬ ਸਰਕਾਰ, ਸ਼ਾਇਦ ਕੋਈ ਚੇਅਰਮੈਨ ਸਾਹਿਬ ਵੀ ਅਜੇ ਹੋਣ, ਜਿਹੜਾ ਕਹਿਣਗੇ ਜੀ ਮੈਂ ਭੱਤਾ ਨਹੀਂ ਲਊਂਗਾ, ਮੈਂ ਨਹੀਂ ਲਊਂਗਾ, ਮੈਂ ਨਹੀਂ ਕਰਦਾ, ਮੈਂ ਨਹੀਂ ਕਹਿੰਦਾ ਛੱਡਣਾ ਚਾਹੀਦਾ, ਪਰ ਸ਼ਾਇਦ ਕੋਈ ਅਜੇ ਹੋਣ, ਲੇਕਿਨ ਜਿਹੜੇ ਬਣੇ ਨੇ ਉਹਨਾਂ ਨੂੰ ਕੰਮ ਕਰਨ ਦਿੱਤਾ ਜਾਵੇ, ਉਹਨਾਂ ਦੀ ਅਪਰੀਸ਼ੀਏਸ਼ਨ ਕਰੋ ਜਦੋਂ ਕੰਮ ਹੋਵੇ, ਲੋਕਾਂ ਨੂੰ ਦੱਸੋ ਕਿ ਯਾਰ ਹਾਂਜੀ ਇਹਨਾਂ ਨੇ ਸਾਡਾ ਕੰਮ ਕਰਾ ਕੇ ਦਿੱਤਾ, ਆਹ ਦਿੱਕਤਾਂ ਸਾਡੇ ਪਾਸੇ ਰਿਜ਼ੋਲਵ ਹੋਈਆਂ, ਆਹ ਕੰਮ ਕੀਤੇ, ਜਦੋਂ ਕੰਮ ਦੱਸਣ ਆਵਦੇ ਉਦੋਂ ਅਪਰੀਸ਼ੀਏਸ਼ਨ ਕਰੋ, ਉਦੋਂ ਇੱਕ ਦੀ ਥਾਂ ਤੇ 15 ਹਾਰ ਪਾਓ, ਲੇਕਿਨ ਲੇਕਿਨ ਉਹਨਾਂ ਨੂੰ ਇੰਨਾ ਵੱਡਾ ਨਾ ਬਣਾਓ ਕਿ ਪਹਿਲਾਂ ਵਾਲੇ ਲੀਡਰਾਂ ਵਾਲਾ ਕੰਮ ਹੋ ਜਾਏ, ਕਿ ਚੇਅਰਮੈਨ ਸਾਹਿਬ ਐਡੇ ਕੁ ਵੱਡੇ ਚੇਅਰਮੈਨ ਸਾਹਿਬ ਬਣਾ ਦਿੱਤੇ ਗਏ ਕਿ ਮੁੜ ਕੇ ਚੇਅਰਮੈਨ ਸਾਹਿਬ ਤੁਹਾਨੂੰ ਹੀ ਨਾ ਅੰਦਰ ਵੜਨ ਦੇਣਗੇ, ਜੀ ਹੁਣ ਤਾਂ ਮੈਂ ਬਹੁਤ ਮਸ਼ਹੂਰ ਹੋ ਗਿਆ, ਹੁਣ ਮੈਂ ਕੰਮ ਕਰਾਂ ਤੇ ਮੈਂ ਨੇੜੇ ਨਹੀਂ ਲੱਗਣ ਦੇਣਾ ਬਿਲਕੁਲ। ਕਿਸੇ ਨੂੰ। ਤੁਹਾਡੀ ਗੱਲ ਤੋਂ ਮੈਨੂੰ ਇੱਕ ਗੱਲ ਯਾਦ ਆ ਗਈ, ਬਈ ਫੋਟੋ ਖਿਚਾਉਣੀ ਹੈ ਤਾਂ ਜਿਹੜਾ ਕੋਈ ਤੁਸੀਂ ਆਪਦਾ ਪਰਸਨਲ ਕੰਮ ਕਰਾਉਂਦੇ ਹੋ ਉਹ ਕਰਵਾ ਕੇ ਨਾ ਫੋਟੋ ਖਿਚਾਇਆ ਕਰੋ, ਜਿਹੜਾ ਕੋਈ ਸਮਾਜਿਕ ਕੰਮ ਹੁੰਦਾ, ਬਿਲਕੁਲ, ਜਿਹੜਾ ਕੋਈ ਆਪਦੇ ਮੁਹੱਲੇ ਵਾਸਤੇ ਕਰਾਉਂਦੇ ਹੋ ਜਾਂ ਆਪਦੇ ਏਰੀਆ ਵਾਸਤੇ ਕਰਾਉਂਦੇ ਹੋ, ਉੱਥੇ ਸਮੂਹਿਕ ਫੋਟੋ ਖਿਚਾਓ ਵੀ ਅੱਜ ਇੱਥੇ ਆਏ ਸੀ, ਇਹਨਾਂ ਨੇ ਆਹ ਕੰਮ ਕਰਵਾਇਆ ਤੇ ਇਹ ਇਹਨਾਂ ਦੀ ਪ੍ਰਾਪਤੀ ਹੈ, ਬਿਲਕੁਲ, ਏਰੀਆ ਵਾਸਤੇ ਪ੍ਰਾਪਤੀ ਹੈ। ਮੈਂ ਤੁਹਾਨੂੰ ਜਿਹੜੀ ਗੱਲ ਕਹਿ ਰਿਹਾ ਸੀ ਵੀ ਇਹੀ ਕਾਰਨ ਹੈ ਵੀ ਜਿਹੜਾ ਅਮਰੀਕਾ ਦੇ ਵਿੱਚ ਇੱਕ ਰਾਸ਼ਟਰਪਤੀ ਰਹਿਣ ਤੋਂ ਬਾਅਦ ਵੀ ਬੰਦਾ ਨੌਕਰੀ ਕਰਦਾ, ਤੇ ਆਪਣੇ ਇੱਧਰ ਇੱਕ ਸਰਪੰਚ ਰਹਿਣ ਤੋਂ ਬਾਅਦ ਵੀ ਸਾਰੀ ਉਮਰ ਬੰਦਾ ਐਕਸ ਸਰਪੰਚ ਹੀ ਲਿਖੀ ਫਿਰਦਾ ਰਹਾ, ਉਹਨੂੰ ਕੰਮ ਕਰਨ ਦੀ ਲੋੜ ਨਹੀਂ ਪੈਂਦੀ। ਅੱਜ ਅਗਰ ਇਹੀ ਕਾਰਨ ਹੈ ਲੋਕ ਉਹਨੂੰ ਉਹ ਜਿਹੇ ਥਾਂ ਤੇ ਪਹੁੰਚਾ ਦਿੰਦੇ ਆ। ਐਕਸ ਸਰਪੰਚ ਜਿਹਨਾਂ ਨੂੰ ਕਈਆਂ ਨੂੰ 15 15 20 20 ਸਾਲ ਪਹਿਲਾਂ ਕੋਈ ਸਰਪੰਚ ਸੀਗੇ, ਉਹਨਾਂ ਨੂੰ ਵੀ ਅੱਜ ਵੀ ਸਰਪੰਚ ਸਾਹਿਬ ਕਿਹਾ ਜਾਂਦਾ, ਔਰ ਉਹਨਾਂ ਦੇ ਕਾਰਾਂ ਦੇ ਉੱਤੇ ਪੱਟੀਆਂ ਵੀ ਲੱਗੀਆਂ ਹੁੰਦੀਆਂ ਨੇ, ਲੇਕਿਨ ਠੀਕ ਹੈ, ਆਪਦਾ ਆਪਦਾ ਕਲਚਰ ਹੈ, ਆਪਾਂ ਉਹਨੂੰ ਸਹੀ ਜਾਂ ਗਲਤ ਨਹੀਂ ਕਹਿੰਦੇ, ਜਿਵੇਂ ਜਿਵੇਂ ਲੋਕਾਂ ਨੂੰ ਸਹੀ ਲੱਗੇ। ਮੈਂ ਤਾਂ ਇੱਕ ਇਹ ਵੀ ਫੱਟੀ ਇੱਕ ਦੋ ਥਾਂ ਤੇ ਮੈਨੂੰ ਕਿਸੇ ਨੇ ਇਹ ਵੀ ਦੱਸਿਆ, ਹੁਣ ਮੈਂ ਦੇਖੀ ਤਾਂ ਨਹੀਂ ਪਰ ਦੱਸਿਆ ਕਿਸੇ ਨੇ ਕਿ ਜੀ ਫੱਟੀ ਲੱਗੀ ਹੋਈ ਕਿ PA ਟੂ ਐਕਸ ਸਰਪੰਚ। ਹਾਂ ਦੱਸੋ PA ਸਲਾਹ ਟੂ ਐਕਸ ਸਰਪੰਚ, ਔਰ ਉਹ ਸਰਪੰਚ ਸਾਹਿਬ ਅੱਜ ਤੋਂ 2 3 ਟਰਮ ਪਹਿਲਾਂ, ਮਤਲਬ 10 15 ਸਾਲ ਪਹਿਲਾਂ ਸਰਪੰਚ ਸੀ। ਉਹ ਜਾ
ਉਹਨਾਂ ਦੇ ਮਰਨ ਤੋਂ ਬਾਅਦ ਹੁਣ ਉਹ ਵਾਪਸ ਆਜੂਗਾ? ਇੱਕ ਮਿੰਟ, ਉਹ ਰਾਣੀ ਕਿੱਥੋਂ ਦੇ ਸੀ? ਇੰਗਲੈਂਡ ਦੇ ਸੀ, ਯੂਕੇ ਦੇ ਸੀ, ਬ੍ਰਿਟੇਨ ਦੇ ਸੀ, ਜਾਂ ਹੋਰ ਵੀ ਨਾਲ ਪੰਜ ਸੱਤ ਕੰਟਰੀਆਂ ਦੱਸੀਆਂ, ਵੀ ਸਾਰਿਆਂ ਦੀ ਇੱਕੋ ਰਾਣੀ ਸੀ, ਇਹ ਕੀ ਚੱਕਰ ਹੈ? ਦੇਖੋ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਨਾ, ਬਹੁਤ ਵੱਡਾ ਟੌਪਿਕ ਹੈ, ਠੀਕ ਹੈ? ਅੱਛਾ ਆਪਾਂ ਅਗਲੇ ਐਪੀਸੋਡ ਦੇ ਵਿੱਚ ਐਪੀਸੋਡ ਕਰੀਏ, ਕੁਝ ਗੱਲਾਂ ਮੈਂ ਤੁਹਾਨੂੰ ਹੁਣੇ ਦੱਸ ਦਿੰਦਾ, ਠੀਕ ਹੈ, ਠੀਕ ਹੈ, ਤਾਂ ਕਿ ਤੁਸੀਂ ਅਗਲੇ ਐਪੀਸੋਡ ਦੇ ਵਿੱਚ ਵੇਟ ਕਰ ਸਕੋ ਕਿ ਕੀ ਹਾਂ ਹੋਏਗਾ। ਮੋਟਾ ਮੋਟਾ ਦੱਸ ਦਿਓ ਦੱਸ। ਇੰਗਲੈਂਡ ਜਿਹੜਾ ਹੈ ਉਹ ਇੱਕ ਸਟੇਟ ਹੈ, ਅੱਛਾ ਠੀਕ ਹੈ? ਠੀਕ ਹੈ। ਜਿਹੜਾ ਬ੍ਰਿਟੇਨ ਹੈ, ਠੀਕ ਹੈ, ਉਹ ਤਿੰਨ ਚਾਰ ਸਟੇਟਾਂ ਨੂੰ, ਵੇਲਸ ਵਰਗੀਆਂ, ਵੇਲਸ ਵਗੈਰਾ ਹੋਰ ਸਟੇਟ ਹੈ, ਉਹਨਾਂ ਨੂੰ ਮਿਲਾ ਕੇ ਬ੍ਰਿਟੇਨ ਬਣਦਾ। ਠੀਕ ਹੈ। ਮੈਂ ਸਾਰੀਆਂ ਡਿਟੇਲਸ ਦੇ ਵਿੱਚ ਆਪਾਂ ਬਾਅਦ ਚ ਗੱਲ ਸਮਝ ਗਏ। ਕਰਾਂਗੇ, ਔਰ ਦੋ ਨੀਦਰਲੈਂਡ ਵਰਗੀਆਂ ਦੋ ਤਿੰਨ ਕੰਟਰੀਜ਼ ਨੂੰ ਮਿਲਾ ਕੇ ਯੂਕੇ ਬਣਦਾ, ਠੀਕ ਹੈ। ਠੀਕ ਹੈ, ਯੂਨਾਈਟਿਡ ਕਿੰਗਡਮ ਬਣਦਾ। ਅੱਛਾ ਉਸ ਤੋਂ ਬਾਅਦ ਕਈ ਹੋਰ ਵੀ ਦੇਸ਼ ਨੇ ਜਿਹੜੇ ਉਹਨਾਂ ਨੂੰ ਰਾਣੀ ਅੱਜ ਵੀ ਮੰਨਦੇ ਨੇ। ਆਸਟ੍ਰੇਲੀਆ ਵਰਗੇ, ਅਗਰ ਤੁਸੀਂ ਆਸਟ੍ਰੇਲੀਆ ਦਾ ਝੰਡਾ ਦੇਖਿਆ ਹੋਗਾ, ਉਹਦੇ ਵਿੱਚ ਹਲੇ ਵੀ ਇੰਗਲੈਂਡ ਦਾ ਝੰਡਾ ਜਿਹੜਾ ਉਹ ਸਾਈਡ ਤੇ ਲੱਗਿਆ ਹੋਇਆ ਉੱਪਰ, ਅਗਰ ਉਹਨਾਂ ਦਾ ਝੰਡਾ ਦੇਖੋਗੇ ਤਾਂ ਇੰਗਲੈਂਡ ਦਾ ਝੰਡਾ, ਕਿਉਂਕਿ ਉਹ ਹਲੇ ਵੀ ਉਹਨਾਂ ਨੂੰ ਰਾਣੀ ਮੰਨਦੇ ਆ। ਅੱਛਾ ਪਲੱਸ ਕਾਮਨਵੈਲਥ ਜਿਹੜੀਆਂ ਗੇਮਸ ਹੁੰਦੀਆਂ ਨੇ, ਹਾਂ ਉਹ ਨੇ ਜਿਹੜੀਆਂ, ਜਿਹੜੇ ਰਾਣੀ ਨੂੰ ਅੱਜ ਵੀ ਇੱਕ ਰਾਣੀ ਦਾ ਇੱਕ ਤਾਂ ਰਾਣੀ ਸਨਮਾਨ ਦਾ ਇੱਕ ਕਰਦੇ ਸਨਮਾਨ ਦਿੰਦੇ ਨੇ, ਕਿਉਂਕਿ ਕਿਸੇ ਟਾਈਮ ਤੇ ਉਹ ਰਾਣੀ ਨੇ ਉੱਥੇ ਰਾਜ ਕੀਤਾ ਹੋਇਆ ਉਹਨਾਂ ਕੰਟਰੀਜ਼ ਦੇ ਉੱਪਰ, ਉਹ ਕਾਮਨਵੈਲਥ ਕੰਟਰੀਜ਼ ਦੇ। ਆਪਾਂ ਵੀ ਉਹਨਾਂ 'ਚ ਹੋਣੇ ਆ। ਆਪਾਂ ਵੀ ਕਾਮਨਵੈਲਥ ਦੇ ਪਾਰਟ ਆ, ਕਿਉਂਕਿ ਆਪਣੇ ਤੇ ਵੀ ਕਿਸੇ ਟਾਈਮ ਤੇ ਉਹਨਾਂ ਨੇ ਰਾਜ ਕੀਤਾ ਸੀ। ਆਪਾਂ ਕਾਮਨਵੈਲਥ ਦਾ ਪਾਰਟ ਆ, ਲੇਕਿਨ ਕਾਮਨਵੈਲਥ ਦੀ ਕੰਟਰੀਜ਼ ਦੇ ਵਿੱਚ ਆਨੇ ਆ ਨਹੀਂ ਆਂਦੇ, ਡਿਬੇਟੇਬਲ ਟੌਪਿਕ ਹੈ। ਇਹ ਕਾਫੀ ਡੀਟੇਲਸ ਨੇ ਜਿਹੜੀ ਆਪਾਂ ਇਹਦੇ ਬਾਰੇ ਗੱਲ ਕਰਾਂਗੇ। ਰਾਣੀ ਸਵਰਗ ਸੁਧਾਰ ਗਏ ਨੇ, ਕਾਫੀ ਲੰਬੀ ਉਮਰ, ਕਾਫੀ ਔਰ ਬਹੁਤ ਛੋਟੀ ਉਮਰ ਦੇ ਵਿੱਚ ਉਹ ਰਾਣੀ ਬਣੇ ਸੀਗੇ, ਉਹਨਾਂ ਦੇ ਫਾਦਰ ਸਾਹਿਬ ਦੀ ਡੈਥ ਹੋਈ ਸੀ, ਉਹ ਰਾਣੀ ਬਣੇ ਸੀ। ਹੁਣ ਬਹੁਤ ਲੰਬਾ 96 ਸਾਲ ਟਾਈਮ, ਦੀ ਉਮਰ 'ਚ ਬਹੁਤ ਲੰਬਾ ਟਾਈਮ ਹੋ ਰਿਹਾ, ਕੀ ਕੁਝ ਹੋਇਆ। ਪ੍ਰਿੰਸ ਚਾਰਲਸ ਹੁਣ ਕਿੰਗ ਨਵੇਂ, ਚਾਰਲਸ ਹੋ ਗਏ ਨੇ, ਹੋਰ ਬਹੁਤ ਕੁਝ ਹੈ। ਜਿਹੜੇ ਦੋ ਭਰਾ ਆਪਸ 'ਚ ਲੜੇ ਹੋਏ ਸੀ, ਜਿਹੜੇ ਉਹਨਾਂ ਦੇ ਬੇਟੇ ਜਿਹੜੇ ਦੋ ਲੜੇ ਹੋਏ ਸੀ, ਉਹ ਵੀ ਇਕੱਠੇ ਹੋ ਗਏ ਆਪਦੀ ਦਾਦੀ ਦੇ, ਮਤਲਬ ਉਹਨਾਂ ਦੇ ਪੋਤੇ ਆਪਦੀ ਮੇਗਨ ਤੇ ਉਹ ਮਾਰਕਲ ਤੇ ਉਹ ਸਭ, ਅੱਛਾ ਅੱਛਾ ਮੇਗਨ ਅੱਛਾ ਵਾਪਸ ਆ ਗਏ ਨੇ, ਜਿਹੜੀ ਉਹਨਾਂ ਦੀ ਵਾਈਫ ਹੈ, ਉਹਨਾਂ ਦੀ ਜਿਹੜੀ ਠੀਕ ਹੈ। ਪੋਤੇ ਦੀ ਬਹੂ ਹੈ, ਉਹ ਵਾਪਸ ਆਈ ਹੈ, ਉਹ ਵਾਪਸ ਆਈ ਅਮੈਰੀਕਨ ਸੀ, ਉਹ ਸਾਰਾ ਕੁਝ, ਉਹ ਸਾਰੀ ਡਿਟੇਲ ਆਪਾਂ ਦੇ ਸਕਦੇ ਹਾਂ, ਦੇਵਾਂਗੇ ਅਗਲੀ ਪੋਤੇ ਜੀ, ਕਿਉਂਕਿ ਕਾਫੀ ਲੰਬਾ ਹੈ। ਅੱਛਾ ਠੀਕ ਹੈ। ਉਹ ਸਾਰਾ ਸਮਝਾ ਕੇ, ਉਹ ਸਾਰੀ ਡਿਟੇਲਸ ਨੇ, ਫਿਰ ਇਹਨਾਂ ਨੇ ਇੱਕ ਸਵਾਲ ਦੇ ਵਿੱਚ ਚਾਰ ਟੌਪਿਕ ਪੁੱਛ ਲੈਣੇ, ਦੂਜਾ ਟੌਪਿਕ, ਅਗਰ ਦੋ ਵੱਡੇ ਟੌਪਿਕ, ਦੂਜਾ ਟੌਪਿਕ ਇਹ ਹੈ ਕਿ ਜੀ ਕੋਹੀਨੂਰ ਵਾਪਸ ਹੀਰਾ, ਆ ਸਕਦਾ ਹੈ ਕਿ ਨਹੀਂ ਆ ਸਕਦਾ, ਹਾਂ ਕੋਹੀਨੂਰ ਕਿਵੇਂ ਗਿਆ, ਕਿੱਥੋਂ ਕੋਹੀਨੂਰ ਆਇਆ ਸੀ, ਜਿਹੜਾ ਕੋਹੀਨੂਰ ਪਹਿਲਾਂ ਕਿਹਾ ਜਾਂਦਾ 790 ਜਾਂ 796 ਕੈਰੇਟ ਦਾ ਸੀ, ਹੁਣ ਉਹ 100 ਕੁਛ ਕੈਰੇਟ ਦਾ ਰਹਿ ਗਿਆ। ਹੀਰੇ ਦੀ ਚਮਕ ਕੁਛ ਟਾਈਮ ਬਾਅਦ ਘਟ ਜਾਂਦੀ ਹੈ, ਹੀਰਾ ਐਡਾ ਵੱਡਾ 700 ਕੁਛ ਕੈਰੇਟ ਦਾ ਹੀਰੇ ਤੋਂ ਬਾਅਦ 196 ਜਾਂ 172 ਜਾਂ 178 ਕੈਰੇਟ ਦਾ ਕਿਵੇਂ ਹੋਇਆ, ਵੰਡ ਮੁੰਡ ਲਏ ਕਿਉਂ ਹੋਇਆ, ਨਹੀਂ ਬਣਿਆ, ਉਹੀ ਦੱਸ, ਸਾਰੀ ਹਾਂਜੀ ਡਿਟੇਲ ਦੀ ਆਪਾਂ ਗੱਲ ਠੀਕ ਹੈ। ਕਰਾਂਗੇ। ਹੁਣ ਉਹ ਕਿੱਥੇ ਹੈ, ਕਿਵੇਂ ਪਹੁੰਚਿਆ, ਕਿਹਨੇ ਦਿੱਤਾ, ਰਾਜਾ ਦਲੀਪ ਸਿੰਘ, ਰਾਜਾ ਰਣਜੀਤ ਸਿੰਘ ਦੇ ਦਾ ਰੋਲ ਇਹਦੇ ਵਿੱਚ ਕਿਵੇਂ ਆਉਂਦਾ ਹੈ। ਇੰਡੀਆ ਕਹਿੰਦਾ ਕੋਹੀਨੂਰ ਸਾਡਾ, ਪਾਕਿਸਤਾਨ ਨੇ ਵੀ ਰੌਲਾ ਪਾਇਆ ਕਿ ਜੀ ਇੰਡੀਆ ਦਾ ਨਹੀਂ, ਕੋਹੀਨੂਰ ਸਾਡਾ ਹੈ, ਅੱਛਾ ਹਾਂ ਸਾਨੂੰ ਠੀਕ ਵਾਪਸ ਹੈ। ਕਰੋ। ਹਾਂ ਉਸ ਤੋਂ ਬਾਅਦ ਅਫਗਾਨਿਸਤਾਨ ਨੇ ਵੀ ਰੌਲਾ ਪਾਇਆ ਕਿ ਜੀ ਉਹ ਹੈਲੋ, ਇਹ ਤਾਂ ਦੋ ਬਾਅਦ ਚ ਆਉਂਦੇ, ਸਾਡੇ ਸਾਡਾ ਕੋਲ ਪਹਿਲਾਂ ਸੀ। ਹਾਂ ਸਾਡਾ ਅੱਛਾ ਸਾਡਾ ਹੈ, ਮਲਕੀਅਤ ਅਸਲ 'ਚ ਸਾਡੀ ਹੈ, ਸਾਨੂੰ ਵਾਪਸ ਕਰੋ। ਇੰਡੀਆ ਵਾਪਸ ਕਿਉਂ ਨਹੀਂ ਲੈਂਦਾ, ਕੀ ਠੀਕ ਇੰਡੀਆ ਹੈ। ਉਹਨੂੰ ਵਾਪਸ ਲਊਗਾ, ਕੀ ਉਹ ਵਾਪਸ ਆਊਗਾ, ਹਲੇ ਤੱਕ ਵਾਪਸ ਕਿਉਂ ਨਹੀਂ ਲਿਆ ਗਿਆ, ਹਾਂ ਰੌਲਾ ਬਹੁਤ ਵਾਰੀ ਪਿਆ ਹੈ। ਅੱਛਾ ਅੱਛਾ ਇਹ ਅੱਛਾ ਸਾਰੀਆਂ ਚੀਜ਼ਾਂ ਦੀ ਡਿਟੇਲ ਦੇ ਵਿੱਚ ਆਪਾਂ ਕੱਲ ਗੱਲ ਕਰਾਂਗੇ, ਅਗਲੇ ਐਪੀਸੋਡ ਦੇ ਅਗਲੇ ਅਗਲੇ ਸੈਕਸ਼ਨ ਦੇ ਵਿੱਚ ਗੱਲ ਕਰਾਂਗੇ। ਚਲੋ ਠੀਕ ਹੈ ਭਾਜੀ, ਤੁਸੀਂ ਆਪਦੇ ਕੀਮਤੀ ਟਾਈਮ ਤੋਂ ਟਾਈਮ ਕੱਢ ਕੇ ਅੱਜ ਬਹੁਤ ਵਡਮੁੱਲੀਆਂ ਜਾਣਕਾਰੀ ਦਿੱਤੀਆਂ ਤੁਸੀਂ। ਆ ਜਿਹੜਾ SVL ਵਾਲਾ ਜਿਹੜਾ ਤੁਸੀਂ ਖੋਲ ਕੇ ਦੱਸਿਆ ਨਾ ਮੁੱਦਾ, ਇਹ ਜੇ ਤੁਹਾਡੇ ਹਿਸਾਬ ਨਾਲ ਜਿਵੇਂ ਤੁਸੀਂ ਸਲਾਹ ਦਿੱਤੀ ਹੈ, ਜੇ ਐਂ ਹੋ ਜੇ ਤਾਂ ਬਹੁਤ ਛੇਤੀ ਨਿਬੜ ਜੇ ਕੰਮ ਇਹ, ਦੇਖੋ ਸਲਾਹ ਹੈਨਾ। ਮੈਂ ਤਾਂ ਨਹੀਂ ਦਿੱਤੀ, ਮੈਂ ਤਾਂ ਸਿਰਫ ਪੜ੍ਹ ਕੇ, ਕਿਉਂਕਿ ਮੈਂ ਰਿਸਰਚ ਕਰਕੇ ਸਾਰੇ ਪੇਜ, 200-250 ਪੰਨੇ ਦੀ ਟ੍ਰੀਟੀ ਸੀ ਮੋਟੀ ਮੋਟੀ, ਉਹ ਪੜ੍ਹੀ। ਤੁਹਾਡੇ ਵਰਗੇ ਸੂਝਵਾਨ ਲੋਕਾਂ ਨੂੰ, ਇੰਡੀਆ ਨੂੰ ਲੋੜ ਹੈ, ਹਾਂ ਪੰਜਾਬ ਨੂੰ ਲੋੜ ਹੈ, ਤੇ ਹਰਿਆਣੇ ਵਾਲੇ ਨੂੰ ਵੀ ਲੋੜ ਹੈਗੀ ਹੈ। ਬਿਲਕੁਲ, ਚਲੋ ਠੀਕ ਹੈ ਭਾਜੀ, ਬਾਕੀ ਜਿਹੜੇ ਦੋ ਮੁੱਦੇ ਤੁਸੀਂ ਅੱਜ ਛੱਡਤੇ, ਇਹਨਾਂ ਮੁੱਦਿਆਂ ਤੇ ਆਪਾਂ ਫੇਰ ਗੱਲ ਕਰਾਂਗੇ। ਇੱਕ ਤਾਂ ਚੇਅਰਮੈਨਸ ਨਾਲ ਫੋਟੋਆਂ ਖਿਚਾਉਣ, ਉਹਨਾਂ ਨੂੰ ਰੋਲ ਮਾਡਲ ਬਣਾਉਣ ਦਾ, ਉਹ ਤਾਂ ਹੋ ਗਈ, ਤੇ ਉਹਦੇ ਵਿੱਚ ਮੈਂ ਤੁਹਾਨੂੰ ਕੋਈ ਜ਼ਿਆਦਾ ਨਹੀਂ ਦੱਸ ਸਕਦਾ, ਉਹ ਸਾਰਿਆਂ ਦਾ ਹੀ ਹੈ। ਮੈਂ ਤਾਂ ਇਹ ਕਹੂੰਗਾ ਕਿ ਚੇਅਰਮੈਨਾਂ ਨੂੰ ਕੰਮ ਕਰਨ ਦਿੱਤਾ ਜਾਵੇ, ਜਦੋਂ ਕੰਮ ਵਧੀਆ ਕਰਨ ਉਦੋਂ ਅਪਰੀਸ਼ੀਏਟ ਕਰੀਏ, ਇਹ ਮੇਰਾ ਮੰਨਣਾ ਹੈ। ਤੁਹਾਡਾ ਕੀ ਮੰਨਣਾ ਹੈ, ਤੁਸੀਂ ਕੀ ਕਰਨਾ ਚਾਹੁੰਦੇ ਹੋ, ਤੁਹਾਡੀ ਮਰਜ਼ੀ। ਠੀਕ ਹੈ, ਤੇ ਜਿਹੜਾ ਦੂਜਾ ਮੁੱਦਾ ਆਪਾਂ ਅੱਜ ਅਧੂਰਾ ਛੱਡਿਆ ਹੈਗਾ, ਮਹਾਰਾਣੀ ਐਲਿਜ਼ਾਬੈਥ ਵਾਲਾ, ਉਹਦੇ ਤੇ ਖੁੱਲ ਕੇ ਵਿਚਾਰ ਚਰਚਾ ਕਰਾਂਗੇ ਕਿ ਕੋਹਿਨੂਰ ਹੀਰਾ ਕਿੱਥੋਂ ਆਇਆ, ਕਿੱਥੇ ਸੀ, ਕਿੱਥੇ ਕਿੱਥੇ ਗਿਆ, ਕਿਹਨੇ ਕਿਹਨੇ ਲਿੱਤਾ, ਕਿਹਨੇ ਕਿਹਨੇ ਖੋਇਆ, ਕਿਹਨੇ ਕਿਹਨੇ ਲੁੱਟਿਆ, ਕਿੱਥੋਂ ਕਿੱਥੋਂ ਦੀ ਹੁੰਦਾ ਹੋਇਆ ਉਹਦਾ ਸਫ਼ਰ, ਕਿੱਥੇ ਪਹੁੰਚਿਆ ਤੇ ਅੱਜ ਕਿੱਥੇ ਹੈ, ਇੰਡੀਆ ਦੇ ਵਿੱਚ ਵਾਪਸ ਆ ਸਕਦਾ ਕਿ ਨਹੀਂ ਆ ਸਕਦਾ, ਜੇ ਆ ਸਕਦਾ ਤਾਂ ਕਿਵੇਂ ਆ ਸਕਦਾ, ਜੇ ਨਹੀਂ ਆ ਰਿਹਾ ਤਾਂ ਕਿਉਂ ਨਹੀਂ ਆ ਰਿਹਾ, ਇਹਦੇ ਬਾਰੇ ਆਪਾਂ ਅਗਲੇ ਸੈਸ਼ਨ ਦੇ ਵਿੱਚ ਗੱਲ ਕਰਦੇ ਹਾਂ। ਤਾਂ ਮੈਨੂੰ ਇਜਾਜ਼ਤ ਦਿਓ ਭਾਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।